ਜਿਹੜਾ ਸੁਆਹ ਕਰੇ ਸੈਯਦ ਅਫਜ਼ਲ ਖਾਨ ਸ਼ਾਹ ਸਾਹਿਬ ਦੇ ਵਾਲਦੈਨ ਔਰ ਦੀਗਰ ਉਹਨਾਂ ਦੇ ਖਾਨਦਾਨ ਦੇ ਜਿਹੜੇ ਬਹੁਤ ਦੁਨੀਆਂ ਤੋਂ ਜਾ ਚੁੱਕੇ ਨੇ, ਇਸ ਦਾ ਸੁਆਹ ਉਹਨਾਂ ਦੇ ਨਾਮਾ ਮਾਜ ਦਾ ਜੁਰਮਾ ਕਰੋੜੋ ਸਰ ਹੈ ਐਸੇ ਜਿਹਨੇ ਬਚਾਤੀ ਹੈ ਨਮਾਜ਼, ਕਰੋੜੋ ਸਰ ਹੈ ਐਸੇ ਜਿਹਨੇ ਬਚਾਤੀ ਹੈ ਨਮਾਜ਼, ਜੋ ਨਮਾਜ਼ ਕੋ ਬਚਾਏ ਉਹ ਸਰ ਹੁਸੈਨ ਦਾ। ਬੜੀ ਮਿਹਰਬਾਨੀ ਜਿਹੜੇ ਹੱਥ ਦਾਤ ਵਿੱਚ ਦੁਆ ਵਿੱਚ ਉੱਠਦੇ ਨੇ, ਮੇਰੀ ਦੁਆ ਹੈ ਕਿ ਦੁਨੀਆਂ ਵਿੱਚ ਕਿਸੇ ਕਬੀਲੇ ਦੇ ਮੁਤਾਬਕ ਔਰ ਮੇਰੇ ਸਮੇਤ ਇਹ ਹੱਥ ਐਸੇ ਸਾਲ ਮਾਸੂਮੀਨ ਅਲੈਹਿਮ ਸਲਾਮ ਦੀ ਜ਼ਰੀ ਦੇ ਨਾਲ ਜ਼ਿੰਦਗੀ ਦੀ ਇਹ ਬੜੀ ਵੱਡੀ ਦੁਆ ਹੈ ਕਿ ਸ਼ਾਲਾ ਇਹ ਹੱਥ ਰੋਜ਼ਾ ਇਮਾਮ ਹੁਸੈਨ ਅਲੈਹਿਸਲਾਮ ਦੇ ਲੱਗਣ, ਜਨਾਬ ਵਫਾਤ ਦੀ ਜ਼ਰੀ ਦੇ ਲੱਗਣ, ਜਨਾਬ ਰਜ਼ਾ ਅਲੈਹਿਸਲਾਮ ਦੀ ਜ਼ਰੀ ਦੇ ਲੱਗਣ, ਜਨਾਬ ਇਮਾਮ ਅਲੰਬੀਆ ਅਲੈਹਿਸਲਾਮ ਦੀ ਜ਼ਰੀ ਦੇ ਲੱਗਣ ਔਰ ਜੰਨਤ ਉਲ ਮਕੀ ਦੇ ਵਿੱਚ ਜਾ ਕੇ ਅਸੀਂ ਪਾਕ ਬੀਬੀ ਨੂੰ ਉਹਨਾਂ ਦੀ ਔਲਾਦ ਦਾ ਪੁਰਸਾ ਦੇ ਸਕਦੇ। ਕਰੋੜੋ ਸਰ ਹੈ ਐਸੇ ਜਿਹਨੇ ਬਚਾਤੀ ਹੈ ਨਮਾਜ਼, ਜੋ ਨਮਾਜ਼ ਕੋ ਬਚਾਏ ਉਹ ਸਰ ਹੁਸੈਨ ਦਾ। ਔਰ ਯਜ਼ੀਦੀਅਤ ਲਾਨਤ ਬੇਸ਼ੁਮਾਰ ਜੋ ਅੱਜ ਤੱਕ ਕਹੀਂ ਸਰ ਛੁਪਾਏ ਬੈਠੀ ਹੈ, ਯਜ਼ੀਦੀਅਤ ਜੋ ਅੱਜ ਤੱਕ ਕਹੀਂ ਸਰ ਛੁਪਾਏ ਬੈਠੀ ਹੈ, ਇਹ ਹੋ ਖੁਦਾ ਕਾ ਨਹੀਂ ਡਰ ਹੁਸੈਨ ਦਾ। ਇੱਕ ਬਾਦ ਮਾਰ ਮਿਲ ਕੇ ਉੱਚੀ ਵਾਰ ਸਲਵਾ ਪੜੋ ਜਿਤਨਾ ਕਿਸੇ ਨੇ ਪੜ੍ਹਿਆ ਉਹ ਪੜ੍ਹ ਕੇ ਨਹੀਂ ਲੱਗਿਆ, ਜਿਤਨਾ ਕਿਸੇ ਨੇ ਸੁਣਿਆ ਉਹ ਸੁਣ ਕੇ ਨਹੀਂ ਲੱਗਿਆ। ਕਿਉਂ? ਅੱਲਾਹ ਵਖਤਾ ਉਲਾ ਸ਼ਰੀਕ ਨਹੀਂ ਇਸ ਪਾਕ ਤਾਹਿਰ ਮੁਤਾਹਿਰ ਘਰਾਨੇ ਨੂੰ ਜਿਸ ਤਰ੍ਹਾਂ ਸ਼ਾਨ ਅਤਾ ਕੀਤੀ, ਨਾ ਕਿਸੇ ਦੀ ਉਹ ਸਮਝ ਜਾ ਸਕਦੀ ਹੈ, ਅਤੇ ਜਿਤਨਾ ਇਹਨਾਂ ਨੂੰ ਮੁਸਾਇਬ ਮਿਲਿਆ ਉਹ ਵੀ ਅੱਜ ਛੋਟੇ ਦਿਨ 'ਚ ਨਹੀਂ ਆ ਸਕਦਾ। ਕਿਉਂਕਿ ਪੂਰੀ ਕਾਇਨਾਤ ਰੋ ਰੋ ਕੇ ਦੀਵਾਰਾਂ ਨਾਲ ਸਿਰ ਮਾਰ ਮਾਰ ਕੇ ਮਰ ਜਾਏਗਾ, ਅਤੇ ਜਿਹੜੀ ਸ਼ੁਕਰ ਕੁੱਤੇ ਨੇ ਜਨਾਬ ਸੈਯਦਾ ਪਾਕ ਸਕੀਨਾ ਸਲਾਮੁੱਲਾਹ ਅਲੈਹ ਬਾਦਸ਼ਾਹ ਨੂੰ ਜਿਹੜੀ ਇੱਕ ਝਿੜਕ ਦਿੱਤੀ ਉਹਦਾ ਮੁੱਲ ਨਹੀਂ ਹੈ। ਆਪਣੀਆਂ ਆਪਣੀਆਂ ਝੋਲੀਆਂ ਫੈਲਾ ਲਓ, ਦੁਆਵਾਂ ਦਾ ਮੁਸਤਜਾਬ ਹੁੰਦਾ ਵਕਤ। ਇਹ ਅਸੀਂ ਆਪਣੀ ਨਮਾਜ਼ ਅਦਾ ਕਰਨੀ ਹੈ ਆਪਣੇ ਹਲਾਲੀ ਨੂੰ ਸਬੂਤ ਦੇ ਲਈ, ਸ਼ਕਰੇ ਪਾਲ ਹੁੰਦੇ ਨੇ ਇਹ ਜ਼ਿਕਰ ਸੁਣੀਏ ਅਤੇ ਜ਼ਿਕਰ ਕਰੀਏ। ਮੈਂ ਜਿਹੜੀ ਗੁਜ਼ਾਰਿਸ਼ ਕਰਨੀ ਸੀ ਉਹ ਕਰ ਲਈ ਗਈ। ਮੈਂ ਦਾਵਤ ਖਿਤਾਬ ਦਿਆਂਗਾ ਨਫੀਸ ਉਜ਼ਾ ਕਰੀਬ ਸੈਯਦਜ਼ਾਦਾ ਜਨਾਬ ਕਮਰ ਬਾਸ ਸ਼ਰਾਦੀ ਸਾਹਿਬ ਉਹ
ਸਾਡੇ ਸਾਡੇ ਨਾਲ ਸਾਡੇ ਦਿਲਾਂ ਨੂੰ ਕਰਨੀ ਹੋ
ਸੁਲਤਾਨਪੁਰ ਬਿਆਨ ਦੁਨੀਆ ਨੂੰ ਸੁਲਤਾਨ ਲਗਾਇਆ ਹੋ ਗਏ 49 ਸਾਲ ਇਹ ਬੰਦਾ ਅੱਜ ਕਿਆ ਦੇ ਸੁਲਤਾਨਪੁਰ ਬਿਆਨ ਦੀ ਜ਼ਿਆਦਤ ਤੇ ਆਪਣੀ ਮਸਤੂ ਦੇ ਨਾਲ ਦਿੱਤਾ ਲੈ ਦੀ ਪਰੇਸ਼ਾਨੀ ਵੱਧ ਗਈ ਫਿਰ ਪਰੇਸ਼ਾਨ ਕਰਮ ਦੇ ਨਾਲ ਜਿਹਦਾ ਮਸਤੂ ਦੇ ਦਰਵਾਜ਼ੇ ਤੇ ਪਹੁੰਚੇ ਨੇ ਤੇ ਵੇਖਿਆ ਕਿਆ ਕਿ 17 ਸਾਲਾਂ ਦੇ ਪੁੱਤਰ ਕੁਰਸੀ ਤੇ ਬਹਾ ਕੇ ਨਾਮੀ ਮੁਹੰਮਦ ਦੀ ਪੋਸ਼ਾਕ ਜਿਹਦੇ ਤਨ ਕਰਕੇ ਇਮਾਮਾ ਬੰਦੇ ਹੋਇਆ ਹੁਸੈਨ ਫਰਮਾਏ ਜੈ ਮੇਰੇ ਨਾਨੇ ਨਬੀਆਂ ਦੇ ਸੁਲਤਾਨ ਦੀ ਜ਼ਿਆਰਤ ਨਹੀਂ ਕੀਤੀ ਉਹ ਮੇਰਾ ਅਕਬਰ ਹਰ ਕਹਿ ਜ਼ਿਆਰਤ ਕੀਤੀ ਹੈ ਜੈ ਦੀ ਜ਼ਿਆਰਤ ਕੀਤੀ ਹੈ ਜਿਹਦਾ ਮਸਜਿਦ ਦਾ ਰਸ ਬੈਠੇ ਹੈ ਜੈ ਇਮਾਮ ਦੀ ਬਾਰਗਾਹ ਚ ਫਜ਼ਲ ਨੂੰ ਜਾ ਕੇ ਕਿ ਮੌਲਾ ਤੁਹਾਡੇ ਬਾਬੇ ਤਾਜਰਾ ਹਲਕ ਤੋਂ ਆਇਆ ਔਰ ਇੱਕ ਮੁਸਫਰ ਵੀ ਹਾਂ ਅਗਰ ਤੁਹਾਨੂੰ ਇਜਾਜ਼ਤ ਹੋਵੇ ਤੂੰ ਤੁਹਾਡੇ ਮੁਹੰਮਦ ਪੁੱਤਰ ਦੀ ਤਸਵੀਰ ਬਣਾ ਲਵਾਂ ਇਮਾਮ ਇਜਾਜ਼ਤ ਦਿੱਤੀ ਹੈ ਇਮਾਮ ਦੀ ਇਜਾਜ਼ਤ ਦੇ ਨਾਲ ਜ਼ੈਦ ਜੈਦਾਦੀ ਦੀ ਤਸਵੀਰ ਬਣਾਈਏ ਤੇ ਖੂਬ ਬਹੂ ਬਣਾਈਏ ਕਿਉਂ ਖੂਬ ਬਹੂ ਬਣਾਈਏ ਕਿਉਂਕਿ ਇਜਾਜ਼ਤ ਇਮਾਮ ਖਾਂ ਮਿਲ ਗਈ ਇਜਾਜ਼ਤ ਇਮਾਮ ਦੇ ਨਾਲ ਕਿਸਮਤ ਇਮਾਮ ਪਰੋਕਦੇ ਇਮਾਮ ਫਰਮਾਇਆ ਜਾਏ ਤ੍ਰੈ ਜਾਣੇ ਰਹੇ ਆਪਣੀ ਮਰਜ਼ੀ ਦੇ ਨਾਲ ਇੱਕ ਦਿਨ ਤੇ ਕੋ ਮੈਂ ਹੁਸੈਨ ਦੀ ਮਰਜ਼ੀ ਕਦਮਾਂ ਦੇ ਹੱਥ ਲਾਲ ਬਲਕਿ ਕਦਮਾਂ ਦੇ ਬਹੁਤ ਪਾਸੇ ਲਿਖਿਆ ਜਾਏ ਮੌਲਾ ਮੈਂ ਤ੍ਰੈ ਜਾਣੇ ਮਹਿਮਾਨ ਰਿਹਾ ਤੁਹਾਡੇ ਦਰਵਾਜ਼ੇ ਤੇ ਹੁਣ ਤੁਸੀਂ ਮੈਨੂੰ ਰੋਕਦੇ ਹੋਏ ਮੈਂ ਇਸ ਦਰਵਾਜ਼ੇ ਤੇ ਸਾਰੀ ਜ਼ਿੰਦਗੀ ਦੀ ਨੌਕਰੀ ਦਿਆਂ ਤੇ ਉਹ ਨੌਕਰੀ ਮੇਰੀ ਪੂਰੀ ਨਹੀਂ ਹੋ ਸਕਦੀ ਜਿਹੜੀ ਮੁਹੱਬਤ ਅੱਲਾਹ ਨੇ ਤੁਹਾਡੀ ਇਬਾਦਤ ਕੀਤੀ ਉਸ ਦਾ ਹੱਕ ਅਦਾ ਨਹੀਂ ਹੋ ਸਕਦਾ ਮਗਰ ਮੌਲਾ ਤੁਸੀਂ ਇਮਾਮ ਹੋ ਤੁਸੀਂ ਕੁਦਰਤ ਖੁਦਾ ਹੋ ਤੁਹਾਡਾ ਕੋਈ ਮਸਲੇ ਦਾ ਖਾਲੀ ਨਹੀਂ ਮੌਲਾ ਇਸ ਕੰਮ ਦੀ ਕੋਈ ਖਾਸ ਮਸਲੇ ਤੇ ਮੈਨੂੰ ਰੋਕਦੇ ਪਏ ਹੋ ਕਿਆ ਬਜਾਏ ਜਿਹਨਾਂ ਸਵਾਲ ਕੀਤਾ ਨਾ ਕੋਈ ਮਸਲੇ ਹੱਥੇ ਇਮਾਮ ਕਿਹੜਾ ਜਵਾਬ ਦਿੱਤਾ ਹੈ ਤੁਸੀਂ ਮਾਂ ਦੀ ਗੋਦ ਮੈਂ ਕਿ ਹੁਣ ਤੱਕ ਜ਼ਿਕਰ ਸੁਣਦੇ ਵੀ ਆਉਂਦੇ ਹੋ ਤਫਸੀਰ ਦੀ ਜ਼ਰੂਰਤ ਨਹੀਂ ਇੱਕ ਜੁਮਲਾ ਹੀ ਮੁਸਾਇਬ ਤੇ ਫਜ਼ਾਇਲ ਵਾਸਤੇ ਕਾਫੀ ਇਮਾਮ ਫਰਮਾਇਆ ਕਿਤੀਆਂ ਦੋ ਵਜਾ ਪਹਿਲੀ ਵਜਾ ਹੈ ਕਿ ਡੀਗਰ ਦਾ ਵੇਲਾ ਹੈ ਕੋਈ ਦਾ ਵੇਲਾ ਨਹੀਂ ਬਾਕੀ ਸਮਝ ਨਾ ਅੰਦਰ ਕੇ ਜੁਮਲੇ ਦਾ ਇਮਾਮ ਫਰਮਾਇਆ ਪਏ ਡੀਗਰ ਦਾ ਵੇਲਾ ਹੈ ਕੁਰਨ ਦਾ ਵੇਲਾ ਨਹੀਂ ਇਮਾਮ ਡੀਗਰ ਵੇਲੇ ਮਹਿਮਾਨ ਨੂੰ ਰੋਕ ਕੇ ਦੱਸਦੇ ਪਏ ਕਿ ਇਹ ਕੁਰਨ ਦਾ ਵੇਲਾ ਨਹੀਂ ਮਹਿਮਾਨ ਨੂੰ ਇਸ ਵੇਲੇ ਕੁਰਨ ਨਹੀਂ ਦੇਈਦਾ ਤੇ ਉਹ ਟੁਰਨ ਨਹੀਂ ਪਾ ਦਿੰਦਾ ਜਿਹਨੂੰ ਅੱਧ ਰਾਤ ਵੇਲੇ ਨਾਨਕ ਦੀ ਉਮਤ ਨਹੀਂ ਰੋਕਿਆ ਹੁਸੈਨ ਕਿੰਨ ਜਾਂਦੇ ਇਹ ਉਮਰ ਦੇ ਅਲੀ ਦੀ ਔਲਾਦ ਦੀ ਅੱਧ ਰਾਤ ਦਾ ਵੇਲਾ ਹੈ ਤੇ ਨਾਨੇ ਮੁਹੰਮਦ ਦਾ ਸ਼ਹਿਰ ਹੈ ਕਿਸੇ ਰੋਕਿਆ ਨਹੀਂ ਹੁਸੈਨ ਕਿਉਂ ਵਤਨ ਛੋੜ ਕੇ ਸਜਾਉਂਦੇ ਅਸਾਂ ਫਿਰ ਨਾਲ ਚੱਲਦੇ ਹੁਸੈਨ ਮਦੀਨੇ ਚ ਰੁਕ ਜਾ ਤਾਂ ਤੇਰੀ ਹਿਫਾਜ਼ਤ ਕਰਦੇ ਹਾਂ ਕਿਸੇ ਆਖੇ ਸਾਡੇ ਰੋਮਨ ਦੀ ਅੱਜ ਤੱਕ ਵਜਾਈਏ ਕਿਸੇ ਜ਼ਹਰਾ ਦੇ ਨਾਲ ਨੂੰ ਰੁਕਿਆ ਨਹੀਂ ਇਮਾਮ ਫਰਮਾਇਆ ਇੱਕ ਡੀਗਰ ਦਾ ਵੇਲਾ ਹੈ ਤੁਰੰਤ ਵੇਲਾ ਨਹੀਂ ਇਮਾਮ ਫਰਮਾਇਆ ਦੂਜੀ ਗੱਲ ਹੈ
ਮੇਰੀ ਪਰਿਵਾਰ ਹੈ, ਮੇਰੀ ਤਸ਼ੀਰ ਹੈ, ਮੇਰੀ ਸ਼ਾਨ ਸਲਾਹ ਕਰਕੇ ਤੇਰੇ ਕੋਲ ਕੁਝ ਮੰਗਣਾ ਇਮਾਮ ਇਹ ਜੁਮਲਾ ਫਰਮਾਇਆ ਨਾ, ਮੈਂ ਆਪਣੇ ਭਾਈਵਾਲ ਦੇ ਨਾਲ ਸਲਾਹ ਕਰਕੇ ਤੇਰੇ ਕੋਲ ਕੁਝ ਮੰਗਣਾ। ਇਮਾਮ ਇਹ ਜੁਮਲਾ ਫਰਮਾਇਆ, ਮੋਮਿਨ ਸਜਦਾ ਸਜਦੇ ਦੀ ਹਾਲਤ ਵਿੱਚ ਜ਼ਮੀਨ ਤੇ ਪੈ ਗਿਆ ਤੇ ਰੋ ਗਿਆ ਨਾ, ਮੌਲਾ ਹੈ ਕਾਇਨਾਤ ਦੇ ਅਜ਼ੀਮ ਅੱਲਾ, ਮੈਂ ਇਸ ਕਾਬਿਲ ਆਇਆ ਜ਼ਹਰਾ ਦੇ ਨਾਲ ਦੀ ਹਾਜਤ ਪੂਰੀ ਕਰ ਸਕਾਂ। ਕਾਇਨਾਤ ਦੀ ਹਾਜਤ ਪੂਰੀ ਕਰਨ ਵਾਲਾ ਜ਼ਹਰਾ ਦੇ ਨਾਲ ਤੇ ਪਰਮੇਸ਼ਰ ਭਾਈ ਤੇਰੇ ਕੋਲੋਂ ਕੁਝ ਮੰਗਣੇ, ਕਿਆ ਮੈਂ ਹਕੀਰ ਇਸ ਕਾਬਿਲ ਹੈ ਆ? ਇਮਾਮ ਫਰਮਾ ਕੇ ਚਲੇ ਗਏ, ਮੋਮਨ ਮੁਸੱਲਾ ਇਬਾਦਤ ਤੇ ਬਹਿ ਕੇ ਰੋਣਾ ਸ਼ੁਰੂ ਕੀਤਾ। ਨਿਮਾਜ਼ ਮਗਰ ਤੋਂ ਫਾਰਗ ਹੋ ਕੇ ਮੇਰੇ ਆਕਾ ਹੁਸੈਨ ਅਲੈਹ ਸਲਾਮ ਆਲੀਆ ਭੇਂਟ ਦੇ ਦਰਵਾਜ਼ੇ ਤੇ ਆਏ, ਹੱਕੇ ਮਾਰ ਕੇ ਸ਼ਬੀਰ ਫਰਮਾਏ, ਆਲੀਆ ਭੇਂਟ ਵੀਰ ਕੁਝ ਸਲਾਹ ਕਰਨ ਆਏ, ਵੀਰ ਕੁਝ ਸਲਾਹ ਕਰਨ ਆਏ। ਅਮਾ ਦਾ ਜਾਇਆ ਫਰਮਾਓ ਕਾ ਹੁਸੈਨ ਅਲੈਹ ਸਲਾਮ ਫਰਮਾਏ, ਦੂਰ ਦਾ ਮੁਸਾਫਿਰ ਕਾਬੇ ਦਾ ਜਾਏ, ਔਰ ਮੈਂ ਹੁਸੈਨ ਇਜਾਜ਼ਤ ਇਮਾਮਤ ਦੇ ਨਾਲ ਜਾਣਦਾ ਕਿ ਖੁਦਾ ਉਸਨੂੰ ਇੱਕ ਸ਼ਰਮ ਹਯਾ ਦਾ ਪੈਕਰ ਧੀ ਦਿੱਤੀ ਹੈ ਜਿਸਦਾ ਨਾਮ ਹੈ ਖਦੀਜਾ, ਜਿਸ ਦੀ ਧੀ ਨੂੰ ਇਮਾਮ ਹੁਸੈਨ ਆਖਣ ਸ਼ਰਮ ਹਯਾ ਦਾ ਪੈਕਰ ਕਿਵੇਂ ਸ਼ਰਮ ਆ ਦਿੱਤੀ ਹੈ। ਇਮਾਮ ਫਰਮਾਏ ਤੁਹਾਡਾ ਤੇ ਮੇਰਾ ਪੁੱਤਰ ਇਸ ਦੌਰ ਦਾ ਮੁਹੰਮਦ, ਅਗਰ ਤੁਹਾਡੀ ਇਜਾਜ਼ਤ ਹੋਵੇ ਤੇ ਉਸਦੀ ਸ਼ਰਮ ਹਯਾ ਦਾ ਪੈਕਰ ਧੀ ਖਦੀਜਾ ਦਾ ਰਿਸ਼ਤਾ ਆਪਣੇ ਮੁਹੰਮਦ ਪੁੱਤਰ ਦੇ ਨਾਲ ਤੈਅ ਕਰ ਦੇਵਾਂ। ਬੀਬੀ ਫਰਮਾਇਆ ਜਿਹੜਾ ਜੁਮਲਾ ਸੁਣਾਵਾਂ ਜਾ, ਬੀਬੀ ਆਖਿਆ ਤੁਸੀਂ ਹੁਣ ਦੱਸਣ ਆਏ ਹੋ, ਜਿਸ ਵੇਲੇ ਦਾ ਮਹਿਮਾਨ ਆਏ ਦੂਜੇ ਪਾਸੇ ਵਾਲੀ ਬਾਹ ਆ ਕੇ ਦੱਸ ਗਈ ਹੁਸੈਨ ਜੀ ਹੁਣੀ ਵੇ ਨਾ ਜਾਇਆ ਜੇ, ਜਦਾਂ ਦੀ ਅਕਬਰ ਦੀ ਮਸਤ ਜਾਣੀ ਸ਼ੁਰੂ ਕੀਤੀ ਅਸਾਂ ਅਕਬਰ ਦੀ ਮਾਵਾਂ ਅਕਬਰ ਦੀ ਸ਼ਾਦੀ ਦੀ ਤਿਆਰੀ ਉਸ ਸੰਦੂਕ ਦੀ ਇੱਕ ਅੰਗੂਠੀ ਕੱਢੀ, ਫਰਮਾਇਆ ਕਿ ਅਕਬਰ ਦੀ ਮਾਂ ਆਪਣੇ ਵਤਨ ਤੋਂ ਮੰਗਵਾਈ ਅਕਬਰ ਦੀ ਬੰਨਣੀ ਕੀਤੀ, ਦੋ ਦੁਰ ਕੱਢੇ ਨੇ, ਫਰਮਾਇਆ ਇੱਕ ਮਾਸੂਮਾਂ ਦੀ ਮਾਂ ਆਪਣੇ ਵਤਨ ਤੋਂ ਮੰਗਵਾਏ ਨੇ ਅਕਬਰ ਦੀ ਵਾਸਤੇ, ਇੱਕ ਚਾਦਰ ਚਾਹੀ ਫਰਮਾਇਆ ਅਸਾਂ ਤ੍ਰੈ ਅਰੀ ਦੀਆਂ ਧੀਆਂ ਇਸ ਚਾਦਰ ਨੂੰ ਆਪਣੇ ਹੱਥਾਂ ਦੇ ਨਾਲ ਬਣਾਏ, ਚਾਦਰ ਗੁਰ ਤੇ ਅੰਗੂਠੀ ਲਾਏਗਾ ਤੇ ਜ਼ੈਦ ਨੂੰ ਮੇਰਾ ਸਲਾਮ ਦੇਣੀ, ਮੋਮਿਨ ਨੂੰ ਆਖੀ ਅਲੀ ਦੀ ਧੀ ਸਲਾਮ ਵੀ ਦਿੱਤਾ ਜੀ ਤੇ ਅਲੀ ਦੀ ਧੀ ਫਰਮਾਏ ਕਿ ਅਸੂਲਾਂ ਤੇ ਕਾਨੂੰਨਾਂ ਤੋਂ ਡਾਢੀ ਵਾਕਿਫਾਂ, ਮੈਂ ਜਾਣਦੀ ਹਾਂ ਪੁੱਤਰਾਂ ਵਾਲੇ ਤੁਰ ਕੇ ਆ ਕੇ ਰਿਸ਼ਤਾ ਮੰਗਦੇ, ਮੈਂ ਹੀ ਤੁਰ ਕੇ ਆ ਕੇ ਰਿਸ਼ਤਾ ਮੰਗਾ, ਮੇਰੀ ਵੱਡੀ ਮਜਬੂਰੀ ਹੈ, ਮੈਂ ਕਦੇ ਘਰ ਤੋਂ ਬਾਹਰ ਨਹੀਂ ਜਾਣਾ, ਨਾ ਮੰਗਣ ਦਾ ਢਾਲ ਹੈ ਨਾ ਤੁਰਨ ਦਾ ਢਾਲ ਹੈ। ਅੱਲਾਹ ਤਾਲਾ ਨੇ ਕਰੀਮ ਕਰਬਲਾ ਅਲੈਹ ਸਲਾਮ ਇਮਾਮ ਆ ਕੇ ਪੈਗਾਮ ਦਿੱਤਾ ਹੈ, ਮੋਮਿਨ ਸਾਰੀ ਰਾਤ ਮੁਸੱਲਾ ਇਬਾਦਤ ਤੇ ਸਜਦਾ ਸ਼ੁਕਰ ਨਿਮਾਜ਼ ਫਜਰ ਤੋਂ ਫਾਰਗ ਹੋ ਕੇ ਜਿਹੜੇ 70 ਸਾਮਾਨ ਤਜਾਰਤ ਲੈ ਕੇ ਆਏ ਅਕਬਰ ਦਾ ਸਦਕਾ ਵੰਡ ਕੇ, ਆਲੀਆ ਸੈਨ ਦਾ ਦਿੱਤਾ ਸਲੂਕ ਸਰ ਤੇ ਰੱਖ ਕੇ, ਸ਼ਹਿਜ਼ਾਦੇ ਦੀ ਤਸਵੀਰ ਸੀਨੇ ਦੇ ਨਾਲ ਲਾ ਕੇ,
ਹਲਕ ਦੇ ਪਾਸੇ ਤੁਰ ਕੇ ਗਏ। ਮੰਜ਼ਰਾ ਨੂੰ ਕਰਦਾ ਕਰਦਾ ਜਦੋਂ ਹਲਕ ਪਹੁੰਚੇ ਜਾਏ ਤਾਂ ਫਿਰ ਹੈਰਾਨ ਨੂੰ ਮੰਦਰ ਵੇਖਿਆ ਸੀ। ਜ਼ੈਦ ਦਾ ਦਰਵਾਜ਼ੇ ਤੇ ਇਸਤਕਬਾਲ ਕਰਾਉਂਦੇ ਮਹਿਲ ਦੇ ਸਾਹਮਣੇ, ਜ਼ੈਦ ਦੇ ਮਹਿਲ ਦੇ ਸਾਹਮਣੇ ਕਰੀਲਾ ਖੜੀਆਂ ਨੂੰ, ਉਸਦੀ ਰੋਜ਼ਾ ਖੜੀ ਹੈ, ਉਸਦੀ ਔਲਾਦ ਖੜੀ ਹੈ, ਉਸਦਾ ਇਸਤਕਬਾਲ ਕਰਾਉਂਦੇ। ਜ਼ੈਦ ਗਿਰਾਮ ਨੇ ਮੈਂ ਆਵਣ ਦਾ ਦੱਸਿਆ ਕੋਈ ਨਹੀਂ, ਕਦੇ ਸ਼ਹੀਦਾਂ ਕੋਈ ਕਾਸਤ ਤੇ ਨਹੀਂ ਭੇਜ ਛੁੜਿਆ। ਜ਼ੈਦ ਦੇ ਚਿਹਰੇ ਤੇ ਹੈਰਾਨਗੀ ਵੇਖ ਕੇ ਉਸਦੀ ਰੋਜ਼ਾ ਆਖੇ ਪਰੇਸ਼ਾਨ ਨਾ ਹੋ, ਜਿਸ ਵਕਤ ਤੱਕ ਮਦੀਨੇ ਨੂੰ ਤੁਰਿਆ ਨਾ ਸਾਡੇ ਘਰ ਉਹ ਬੀਬੀ ਆਈ ਹੈ ਜਿਹਦੇ ਆਵਣ ਦੇ ਨਾਲ ਸਾਡਾ ਘਰ ਕੁੱਕਾ ਨੂਰ ਬਣ ਗਿਆ। ਸਾਡੇ ਘਰ ਉਹ ਬੀਬੀ ਆਈ ਹੈ ਜਿਹਦੇ ਆਵਣ ਤੋਂ ਬਾਅਦ ਅੱਜ ਤੱਕ ਜਿੰਦਰ ਦੀਆਂ ਖੁਸ਼ਬੂਆਂ ਸਾਡੇ ਘਰ ਚੁੱਕ ਜਾਂਦੀਆਂ। ਖਾਤੂ ਨੇ ਜੰਨਤ ਦੱਸੇ ਕਿ ਤੁਹਾਡੇ ਘਰ ਵਿੱਚ ਸਾਡੀ ਇਮਾਨਤ ਹੈ, ਆਪਣੀ ਧੀ ਦਾ ਖਾਸ ਖਿਆਲ ਰੱਖਿਆ ਜੇ, ਅੱਜ ਤੋਂ ਬਾਅਦ ਆਪਣੇ ਘਰ ਵਿੱਚ ਕੋਈ ਮਰਦ ਰਿਸ਼ਤੇਦਾਰ ਨਾ ਮਿਲਿਆ ਜੇ, ਤੁਹਾਡੇ ਰਿਸ਼ਤੇਦਾਰੀ ਸਾਡੇ ਨਾਲ ਜੁੜ ਗਈ ਹੈ। ਜ਼ੈਦ ਦੇ ਪਤਾ ਨੂੰ ਲੱਗ ਗਿਆ ਇਹ ਸੰਦੂਕ ਚਾ, ਇਸਦੇ ਵਿੱਚ ਇੱਕ ਚਾਦਰ ਹੈ ਜਿਸ ਨੂੰ ਮੈਂ ਹੱਥ ਲਾਣੇ ਅਤੇ ਨਾ ਲਾਣੇ ਲੈਣ। ਅਲੀ ਦੀਆਂ ਧੀਆਂ ਉਸ ਚਾਦਰ ਨੂੰ ਆਪਣੇ ਹੱਥਾਂ ਦੇ ਨਾਲ ਬਣਾਏ, ਧੀ ਦੇ ਸਿਰ ਤੇ ਚਾਦਰ ਰੱਖ ਅਤੇ ਕਰੀਜ਼ਾਂ ਨੂੰ ਤਮਾਮ ਰਿਸ਼ਤੇਦਾਰਾਂ ਦੇ ਘਰ 'ਚ ਭੇਜ ਅਤੇ ਪੈਗਾਮ ਦੇਵਣ ਸਾਡੇ ਘਰ ਅੱਜ ਤੋਂ ਬਾਅਦ ਕੋਈ ਮਰਦ ਰਿਸ਼ਤੇਦਾਰ ਸਾਡੀ ਰਿਸ਼ਤੇਦਾਰੀ ਸ਼ਰੀਫਾਂ ਦੇ ਨਾਲ ਜੁੜ ਗਈ। ਜ਼ੈਦ ਸ਼ਹਿਜ਼ਾਦੇ ਦੀ ਤਸਵੀਰ ਲਈਏ ਅਤੇ ਆਪਣੇ ਗੁਲਾਮ ਨੂੰ ਨਾਲ ਲਈਏ। ਹਲਬ ਦੇ ਮੇਨ ਚੋਰ ਦੀ ਇੱਕ ਜਗ੍ਹਾ ਬਣਾਈਏ ਮਖਸੂਸ, ਸ਼ਹਿਜ਼ਾਦੇ ਦੀ ਤਸਵੀਰ ਨਸਬ ਕੀਤੀ, ਤਸਵੀਰ ਨਸਬ ਕਰਕੇ ਅਤੇ ਐਲਾਨ ਕੀਤਾ ਹੈ ਜੈ ਨਬੀਆਂ ਦੇ ਸੁਲਤਾਨ ਦੀ ਜ਼ਿਆਰਤ ਨਹੀਂ ਕੀਤੀ ਹੁਸੈਨ ਦਾ ਅਕਬਰ ਵਿੱਚ। ਦੂਰ ਦਰਾਜ ਸਲੋਕ ਅਮਲਾ ਕਰਨ ਜ਼ਿਆਰਤ ਵਾਸਤੇ ਮੰਤਾਂ ਅਤੇ ਮੁਰਾਦਾਂ ਪੂਰੀਆਂ ਅਮਲਾ ਕਰਨੇ ਜੈ ਇੱਕ ਦਿਨ ਆਪਣੇ ਗੁਲਾਮ ਨੂੰ ਆਖੇ ਅਤੇ ਮੇਰੇ ਕੋਲ ਜਿਤਨੀ ਵੀ ਦੌਲਤ ਹੈ ਹੁਸੈਨ ਦੀ ਜੁੱਤੀ ਦਾ ਸਕਦਾ ਹੈ। ਹੁਸੈਨ ਦਾ ਅਕਬਰ ਹੀ ਜ਼ਿਆਦਾ ਸੁਣਾ ਬਾਜ਼ਾਰ ਦੇ ਵਿੱਚ ਕਿਸੇ ਬਾਕ ਨਜ਼ਰੇ ਦੀ ਮਤਾਂ ਨਜ਼ਰ ਨਾ ਲੱਗ ਜਾਏ, ਬਾਜ਼ਾਰ ਦੇ ਵਿੱਚ ਖਾਣਾ ਪਕਾਣੀ ਤਕਸੀਮ ਕਰਿਆ ਜਾ, ਬਾਜ਼ਾਰ ਦੇ ਵਿੱਚ ਅਕਬਰ ਦਾ ਸਦਕਾ ਖਾਣਾ ਪਾਣੀ ਤਕਸੀਮ ਹੋਣ ਲੱਗ ਪਿਆ, ਮੰਤਾਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ ਨੇ। ਇੱਕ ਪਾਸੇ ਸਦਕੇ ਤਾਂ ਬਣੀ ਨੇ ਜੁਮਲਾ ਖਾਂ ਮੁਸਾਹਿਬ ਦਾ, ਦੂਜੇ ਪਾਸੇ ਜਿਸ ਦੀਗਰ ਵੇਲੇ ਮਹਿਮਾਨ ਨੂੰ ਨਹੀਂ ਹਟਣ ਦਿੱਤਾ ਅੱਜ ਰਾਤ ਵੇਲੇ ਅਕਬਰ ਦੀ ਜੰਗ ਲੈ ਕੇ ਅਕਬਰ ਦੀ ਜੰਗ ਜੁੜੀ ਨਾਲ ਟੋਲੀਆਂ ਪਈਆਂ ਜਿਹਨਾਂ ਨੂੰ ਸੰਨਿਆਂ ਤੱਕ ਲੈ ਜਾਣ ਵਾਸਤੇ ਕਈ ਕਈ ਵਾਂਗੀਆਂ ਹੁੰਦੀਆਂ। ਕੁਝ ਮਹੀਨੇ ਜੰਗ ਅੱਲਾ ਦੇ ਘਰ ਕਿਆਮ ਕੀਤਾ ਹੈ, ਅੱਲਾ ਦੇ ਸ਼ਹਿਰ ਕਿਆਮ ਕੀਤਾ ਹੈ, ਹੱਕ ਤਿਆਰ ਨੂੰ ਹੁਸੈਨ ਦਾ ਅਤੇ ਅੱਲਾ ਦੇ ਘਰ ਵਿੱਚ ਅਕਬਰ ਨੂੰ ਸਿਹਰੇ ਪਾ ਲਏ ਜਾ, ਮਗਰ ਹਾਜ਼ੀਆਂ ਦੇ ਰੂਪ ਵਿੱਚ ਡਾਕੂ ਸ਼ਰੀਫਾਂ ਦੀ ਜੰਗ ਲੁੱਟਣ ਆ ਗਏ। ਹੁਸੈਨ ਅਲੈਹ ਸਲਾਮ ਅਕਬਰ ਦੀ ਜੰਗ ਲੈ ਕੇ ਇਰਾਕ ਦਾ ਸਫ਼ਰ ਇਖਤਿਆਰ ਕੀਤਾ ਹੈ। ਅਜਾ ਕੂਫੇ ਤੋਂ ਕੁਝ ਦੂਰ ਆਈ ਅਕਬਰ ਦੀ ਜੰਗ, ਜਾਂ ਇੱਕ ਦੂਰ ਦੇ ਆਏ ਗਾਂਧੀ ਅਕਬਰ ਦੇ ਬਾਬੇ ਦੇ ਘੋੜੇ ਦੀ ਬਾਗ ਵਿੱਚ ਹੱਥ ਪਾਏ, ਅਜੇ ਬੰਦ ਕਰ ਆਇਆ ਮੇਰਾ ਦਿਲ ਦੇ ਕਿ ਅਕਬਰ ਦੀ ਜੰਗ ਕਰਬਲਾ ਲੈ ਆਓ। ਦੋ ਮੁਹਰਮ ਜੁਮਰਾਤ ਅਧੀਨ ਥੱਲੇ ਦੁਪਹਿਰ ਅਕਬਰ ਦੀ ਜੰਗ ਜਾਈਏ ਕਰਬਲਾ ਦੇ ਮੈਦਾਨ ਦੇ ਵਿੱਚ। ਮਾਂ ਅਤੇ ਪਿਓ 60,000 ਦਿਨਾਰ ਦੀ ਜਾਗੀਰ ਖਰੀਦ ਕੇ ਅਕਬਰ ਦੇ ਨਾਮ ਕਰਾਈਏ,
ਤੇ ਅਕਬਰ ਦੇ ਬਾਬੇ ਉੱਚੇ ਬਿੰਬੇ ਤੇ ਚੜ੍ਹ ਕੇ ਐਲਾਨ ਕੀਤਾ ਹੈ ਕਿ 10 ਮੁਹਰਮ ਨੂੰ ਮੇਰਾ ਅਕਬਰੀ ਖਾਂ ਸਿਹਰੇ ਪਾਤੀ ਮਾਤਕਾਰਾਂ ਨੇ ਕਰੀਮ ਕਰਬਲਾ ਦੇ ਸਲਾਮ ਐਲਾਨ ਹਮਨ ਦੇ ਰਹੀ ਜਾਂ 70 ਮੁਲਕਾਂ ਦੇ ਕੰਮੀ ਇਕੱਠੇ ਹੋਣੇ ਸ਼ੁਰੂ ਹੋਏ ਇਤਨੇ ਕੰਮੀ ਇਕੱਠੇ ਹੋਏ ਨੇ ਇਤਨੇ ਕੰਮੀ ਇਕੱਠੇ ਹੋਏ ਨੇ 7 ਮੁਹਰਮ ਨੂੰ ਸਾਰੀ ਜੰਗ ਦਾ ਪਾਣੀ ਰੋਕ ਕੇ 72 ਘੰਟੇ ਬੰਦਰਾ ਇੱਕ ਸਾਰੇ ਸਾਰੀ ਜੰਗ ਦੀ ਤਸਵੀਰ ਲਈ 10 ਮੁਹਰਮ ਨੂੰ 9 ਲੱਖ ਕਮੀਆਂ ਦੇ ਐਨ ਵਸਤ ਵਿੱਚ ਅਕਬਰ ਸਿਹਰਾ ਪਾਏ ਕਮੀ ਢੇਰ ਹਨ ਵੇਲਾ ਗਣੇਂਦਿਆਂ ਢੇਰ ਹੋ ਗਏ ਸਹਿਜਾਦੀਆਂ ਨੂੰ ਅਕਬਰ ਢੇਰ ਪਿਆਰ ਆਈ ਕਮੀਆਂ ਮੁਬਾਰਕਬਾਦ ਦਿੱਤੀ ਮੁਹੱਦਰਾ ਤੇ ਇਸਮਤ ਉਤਹਾਰ ਪੁਰਾਣੇ ਬੁਰਕੇ ਤੇ ਜ਼ੇਵਰ ਵੇਲ ਕਰਾਏ ਨਵੇਂ ਜ਼ੇਵਰ ਪਾਏ 10 ਤੇ 11 ਦੀ ਰਾਤ ਜਾ ਕੇ ਗੁਜ਼ਾਰੀ ਅਗਲੀ ਸੁਬਾਹ ਅਕਬਰ ਦੀ ਜੰਗ ਤੁਰ ਰਹੇ ਸਨਾਲ ਵਜਣਾ ਹੈ ਜਿਹੜੇ ਜਾਂਜੀ ਥੱਕ ਗਏ ਉਹ ਕਰਬਲਾ ਦੇ ਮੈਦਾਨ ਤੇ ਸਮ ਗਏ ਜਿਨ੍ਹਾਂ ਦੀ ਨਿਭਦੀ ਕੋਈ ਨਹੀਂ ਔਖੀਆਂ ਸਵਾਰੀਆਂ ਤੇ ਸਵਾਰ ਹੋ ਕੇ ਅਕਬਰ ਦੀ ਜੰਗ ਦੇ ਨਾਲ ਤੁਰ ਪਏ ਮੰਜ਼ਲਾ ਅਬੂਰ ਕਰੇਂਦਿਆਂ 13 ਰਬੀਉਲ ਅਵਲ ਢੱਲੇ ਤੋਂ ਪਾਏ ਆ ਗਿਆ ਉਹ ਰਬੀਉਲ ਅਵਲ ਸਾਲ ਪਹਿਲੇ ਜਿਸ ਰਬੀਉਲ ਅਵਲ ਦੇ ਵਿੱਚ ਅਕਬਰ ਦਾ ਰਿਸ਼ਤਾ ਤੈਅ ਹੋਇਆ ਉਹੀ ਰਬੀਉਲ ਅਵਲ ਆ ਗਏ 13 ਰਬੀਉਲ ਅਵਲ ਢੱਲੇ ਤੋਂ ਪਾਏ ਅਕਬਰ ਦੀ ਜੰਗ ਆ ਗਈ ਹੈ ਅਕਬਰ ਦੇ ਸਾਹਮਣੇ ਸ਼ਹਿਰ ਹਲਬ ਦੇ ਵਿੱਚ ਐਲਾਨ ਹੋਇਆ ਇੰਨਾ ਸੋਹਣਾ ਬੰਦਰਾ ਵੇਖਣੇ ਜਲਦੀ ਦੇ ਨਾਲ ਹਲਬ ਦੇ ਬਾਜ਼ਾਰ ਵਿੱਚ ਆਓ ਐਲਾਨ ਹੋਣ ਦੀ ਦੇਰ ਆਈ ਪੂਰਾ ਹੱਲਾ ਵੀ ਲੋਕਾਂ ਦੇ ਹਜੂਮ ਦੇ ਨਾਲ ਭਰ ਗਿਆ ਹੈ ਇਤਨਾ ਰਸ਼ ਵਧਿਆ ਇਤਨਾ ਰਸ਼ ਵਧਿਆ ਅਕਬਰ ਦੀਆਂ ਮਾਵਾਂ ਨੂੰ ਵੀ ਲੈਣਾ ਪੈ ਗਿਆ ਅਕਬਰ ਦੀਆਂ ਮਹਿੜਾਂ ਨੂੰ ਵੀ ਲੈਣਾ ਪੈ ਗਿਆ ਤੁਰਦੀ ਤੁਰਦੀ ਜੰਗ ਉਸ ਮਕਾਮ ਤੇ ਆਈ ਹੈ ਜਿੱਥੇ ਜ਼ੈਦ ਦੇ ਗੁਲਾਮ ਅਕਬਰ ਦਾ ਸਦਕਾ ਖਾਣਾ ਪਾਣੀ ਤਕਸੀਮ ਕਰਨੇ ਦਾ ਬੰਦੋਬਸਤ ਕੀਤਾ ਤੁਰਦੀ ਤੁਰਦੀ ਉਸ ਜੰਗ ਉਸ ਮਕਾਮ ਤੇ ਆਈ ਹੈ ਜ਼ੈਦ ਦੇ ਗੁਲਾਮ ਦੀ ਅਚਾਨਕ ਨਜ਼ਰ ਪਈ ਇੱਕ ਜ਼ਈਫ ਕੈਦੀ ਤੇ ਜ਼ਖਮੀ ਕੈਦੀ ਤੇ ਜਦੋਂ ਵੇਖਿਆ ਸੁ ਜ਼ਖਮੀ ਤੇ ਜ਼ਈਫ ਕੈਦੀ ਆਏ ਜ਼ਖਮੀ ਤੇ ਜ਼ਈਫ ਕੈਦੀ ਜ਼ਰਾ ਸਰ ਤੇ ਚਾ ਵੇਖ ਤਾਂ ਸਹੀ ਹੁਸੈਨ ਦਾ ਅਕਬਰ ਕਿਹੜਾ ਸੋਹਣਾ ਹੈ ਇਮਾਮ ਫਰਮਾਏ ਮੈਨੂੰ ਕਿਉਂ ਵਖੇਂਦਾ ਹੈ ਅਰੇ ਮੈਂ ਇੱਕ ਮੌਜਾਤ ਹੁੰਦੇ ਵੇਖੇ ਮੁਰਦੇ ਜ਼ਿੰਦਾ ਹੁੰਦੇ ਵੇਖੇ ਬੇਗੁਨਾਹ ਕੈਦੀ ਲੱਗਦਾ ਹੈ ਅਕਬਰ ਦਾ ਸਦਕਾ ਤੇਰੇ ਜ਼ਮੀਨ ਲੈ ਲੈ ਸਨ ਬਈ ਗੱਲ ਤੇਰੇ ਨਾਲ ਛੋਟੇ ਛੋਟੇ ਬਾਲ ਨੇ ਚਿਹਰਿਆਂ ਤੂੰ ਮਹਿਸੂਸ ਹੁੰਦਾ ਹੈ ਕਈ ਦਿਨਾਂ ਦੇ ਭੁੱਖੇ ਵੀ ਨੇ ਕੱਸੇ ਵੀ ਨੇ ਪਿੱਛੇ ਮਿਲਦਾ ਪਏ ਅਕਬਰ ਦਾ ਸਦਕਾ ਭੁੱਖਿਆਂ ਤੂੰ ਖਾਣਾ ਖਵਾ ਤਸਿਆਂ ਤੂੰ ਪਾਣੀ ਪਿਲਾ ਜਦੋਂ ਸਦਕੇ ਦਾ ਨਾਮ ਆਏ ਜਨਾਬੇ ਸਜਾਦ ਦੀ ਕੰਨ ਪਿੱਛੋਂ ਆਵਾਜ਼ ਆਈ ਹੈ ਸਜਾਦ ਬਛੜਾ ਅਕਬਰ ਦਾ ਸਦਕਾ ਰੰਗਾ ਪੈ ਤੇ ਕੁਆਕ ਅਕਬਰ ਦਾ ਸਦਕਾ 4 ਚਾਦਰਾਂ ਲਈ ਆਵੇ ਮੇਰੀ ਨਿਰਦਾਸੀ ਮੇਰੀ ਕੰਨ ਪਿੱਛੋਂ ਅਕਬਰ ਦੀ ਮਾਂ ਦੇ ਵਾਲ ਖੁੱਲੇ ਹੋਏ ਨੇ ਇਹ ਅਗਨਾਂ ਪਿਉਂਦੀਆਂ ਜਾਂ ਇਤਿਗੇ ਵੀ ਸ਼ਹਿਜ਼ਾਦੇ ਦਾ ਕਾਤਲ ਸ਼ਹਿਜ਼ਾਦੇ ਦੇ ਸਰ ਵਾਲੀ ਸਾਮ ਲੈ ਕੇ ਐਨ ਉਸ ਜਾ ਤਿਆਰ ਖੜੇ ਜਿੱਥੇ ਸ਼ਹਿਜ਼ਾਦੇ ਦੀ ਤਸਵੀਰ ਨਸਬ ਕੀਤੀ ਹੋਈ ਆਈ ਜ਼ੈਦ ਦੇ ਗੁਲਾਮ ਦੀ ਅਚਾਨਕ ਨਜ਼ਰ ਪਈ ਏ ਸਾਮ ਉੱਤੇ ਬਰਜਸਤਾ ਤਸਵੀਰ ਦੇ ਪਾਸੇ ਵੇਖਿਆ ਜਦੋਂ ਦੂਜੀ ਵਾਰੀ ਸਾਮ ਤੇ ਤਸਵੀਰ ਪੁਰਲਾ ਕੇ ਵੇਖਿਆ ਪਗੜੀ ਦਾ ਹਾਕ ਕੇ ਜ਼ਮੀਨ ਤੇ ਸੱਜੀ ਸੁਜ਼ੈਦ ਦੇ ਮਹਲ ਦੇ ਪਾਸੇ ਦੌੜ ਪਿਆ ਆ ਗਿਆ ਗਏ ਮਹਲ ਸਜਾ ਕਹਿੰਦੇ ਆਵਣ ਕੀ ਤੇ ਮਹਲ ਪਿਆ ਸਜੇ ਜਾਏ ਉਹ ਬਾਜ਼ਾਰ ਵਿੱਚ ਉੱਠਾ ਵੇਖ ਆਇਆ ਜੈਦਾ ਦਾ ਬਕਵਾਸ ਨਾ ਕਰ ਬਨ ਸ਼ੁਗਨੀ ਨਾ ਕਰ
ਸਨਮਾਨਿਤ ਸ਼੍ਰੀ ਮਹਾਨ ਸਨਮਾਨਿਤ
ਆਵਾਜ਼ ਉੱਚੀ ਆਵਾਜ਼ ਨਾਲ ਗਲੀ ਗਲੀ ਆਪੋ ਵਾਲੀ ਹੱਥ
ਹਾਏ
ਰਾਏ ਉਹਦੀ ਨਿਕਲਦੀ ਹੈ ਜਦੋਂ ਮੁਹੱਬਤ ਔਰ ਮੁਹੱਬਤ ਹੋਵੇ। ਹਰ ਬੰਦਾ ਰੋਂਦਾ ਨਹੀਂ, ਕਿਸੇ ਦਾ ਜੋ ਮਰਦਾ ਉਹਨਾਂ ਦੀ ਲੱਗਦੇ ਤੋੜ ਜਾ ਕੇ ਗੁੱਸਾ ਦਿੰਦੇ, ਲੇਕਿਨ ਜਿਸ ਦੀ ਸਾਹ ਹੋਏ ਤੂੰ ਆਇਆ ਕਰਦੇ ਪੁਆਲੀਆਂ ਸਹਿਣ ਫਰਮੈਂਦੇ ਅਮੂਮਨ ਤੂੰ ਕਰ ਬਲਾ ਨਹੀਂ ਆ ਸਕਦਾ ਨਾ, ਤੂੰ ਸ਼ਾਮ ਨਹੀਂ ਆ ਸਕਦਾ ਨਾ, ਮਗਰ ਆਪਣੇ ਘਰ ਤੇ ਪੂਰੀ ਵਿਸ਼ਵਾਸ ਕਰਦਾ। ਇਹ ਵੀ ਫਰਮਾਨਾ ਕਿ ਮੈਂ ਇੱਥੇ ਮਜ਼ਲੂਮ ਫੇਰਾ ਦੀ ਪੈਣਾ ਜਿੱਥ ਕੋਈ ਪੂਰੀ ਵਿਚਾਰੇ ਰਸੂਲ ਅਮੀਰ ਕਾਇਨਾਤ ਦਾ ਅਮੀਰ, ਕਾਇਨਾਤ ਦਾ ਅਮੀਰ ਰਸੂਲ ਲੇਕਰ ਦੀ ਕਬਰ ਦੇ ਅਲੀ ਅਮੀਰ ਕਾਇਨਾਤ ਦਾ ਅਮੀਰ ਹੋਵਨਾਂ ਦਾ ਅਮੀਰ ਏਡਾ ਅਮੀਰ ਦੀਆਂ ਰੁੱਲ ਰੁੱਲ ਕੇ ਲਾਹੌਰ ਨਹੀਂ ਕਰਨਾ ਚਾਹੁੰਦਾ ਜਿਹੜੇ ਆਦੇ ਅੱਲਾਹ ਕਹਿੰਦੇ ਸੀ ਆ ਉਹਦੇ ਜਿਹੜੇ ਜਿਹੜੇ ਲੋਕਾਂ ਦੀ ਵਾਲ ਕੇ ਤਸਵੀਰ ਫਰਮਾ ਬਾਕੀ ਕੁਬੈਰ ਕਰਾਂ ਆਪਣੇ ਖਿਆਲ ਪੈਰੋ ਦੇਵੋ ਆਦਾ ਪਿਆ ਨਾ ਹੀ ਜੋੜ ਪਾਲਾ ਅੱਜ ਲੈ ਲੋ ਬਦਲੇ ਜਾਦੂ ਬਦਲ ਵਾਲੇ ਤੇ ਉਲਾਦੀ ਅਲੀ ਦੀ ਆਦੀ ਲੱਥੀਏ ਜਈ ਬਾਰਿਸ਼ ਆਇਓ ਪੱਥਰਾਂ ਦੀ ਬਾਜ਼ਾਰ ਤਰੰਗ ਸੋਚੋ ਤੋ ਹਰ ਅਲੀ ਕੀ ਕਮਾਈ ਅਲੀ ਅਲੀ ਤੁਸੀਂ ਮੇਰੇ ਨਾਲ ਅਲੀ ਅਲੀ ਕਰਨਾ ਤੁਸੀਂ ਆਪਣੀ ਇਬਾਦਤ ਕਰਨੀ ਹੈ ਮੈਂ ਆਪਣੀ ਇਬਾਦਤ ਕਰ ਰਿਹਾ ਹਾਂ ਹੁਣ ਵੈਸੇ ਜਗ੍ਹਾ ਸੀਰੇ ਕੇ ਜਿੱਥੇ ਚੁੱਪ ਕਰਕੇ ਬੰਦਾ ਬੈਠਾ ਰਹਿਣਾ ਤਾਂ ਵੀ ਇਬਾਦਤ ਹੈ ਲੇਕਿਨ ਜਿਹੜਾ ਬੋਲਣਾ ਹੈ ਨਾ ਉਹਦੇ ਨਾਲ ਤੇਰਾ ਆਪਦਾ ਅਫਜ਼ਲ ਬਣ ਸੋਚੋ ਤੋ ਹਰ ਅਲੀ ਕੀ ਕਮਾਈ ਅਲੀ ਅਲੀ ਸੋਚੋ ਤੋ ਹਰ ਅਲੀ ਕੀ ਕਮਾਈ ਅਲੀ 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 ਸਮਝੋ ਤੋ ਹਰ ਦਿਲੋਂ ਕੀ ਸਫਾਈ ਅਲੀ ਅਲੀ ਸਮਝੋ ਤੋ ਹਰ ਦਿਲੋਂ ਕੀ ਸਫਾਈ ਅਲੀ ਅਲੀ ਹੋ ਜਾਏ ਸਰਦ ਨਾਰੇ ਜਹਨਮ ਨਾਰੇ ਜਹਨਮ ਜਹਨਮ ਦੀ ਆਗ ਹੋ ਜਾਏ ਸਰਦ ਨਾਰੇ ਜਹਨਮ ਖੁਦਾ ਗਵਾ ਦਿਲ ਸੇ ਕਹੇ ਜੋ ਸਾਰੀ ਖੁਦਾਈ
ਜਨਾਬ ਮੇਰੇ ਵਾਜਪੁਰ ਗ੍ਰਾਮ ਜਾਗਰ ਸਾਹਿਬ ਜਨਾਬ ਕਮਰਵਾਲ ਸਿੰਘ ਆਪ ਲੋਨਾਵਾਲਾ ਜ਼ਿਕਰੇ ਮੁਕਾਮ ਦੁਆਰ ਸਲਵਾ 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 ਸਲਵ
ਸਾਰਾ ਲਾਣਾ ਵੀ
ਤੇ ਜੇ ਜ਼ਬਾਨ ਬੋਲੇ ਆਲੇ ਮੁਹੰਮਦ ਦੇ ਜ਼ਿਕਰ ਦੇ ਵਿੱਚ, ਅਮੀਰੇ ਕਾਇਨਾਤ ਦੇ ਜ਼ਿਕਰ ਦੇ ਵਿੱਚ ਜ਼ਬਾਨ ਬੋਲੇ, ਫਿਰ ਅਮੀਰੇ ਕਾਇਨਾਤ ਅਲੀ ਇਬਨੇ ਅਬੀ ਤਾਲਿਬ ਨੂੰ ਜ਼ਬਾਨ ਦੇ ਨਾਲ ਵਾਅਦਾ ਕਰਦੇ ਨੇ, ਹਜ਼ਰਤ ਇਨਸਾਨ ਤੇਰੀ ਜ਼ਬਾਨ ਮੈਂ ਅਲੀ ਦੇ ਜ਼ਿਕਰ ਦੇ ਵਿੱਚ ਬੋਲੀਏ, ਮੈਂ ਅਲੀ ਹੋ ਕੇ ਤੇਰੀ ਜ਼ਬਾਨ ਦੇ ਨਾਲ ਵਾਅਦਾ ਕਰਨਾ, ਕਬਰ ਤੋਂ ਲੈ ਕੇ ਹਸ਼ਰ ਤਾਈ ਤੈਨੂੰ ਬੋਲਣ ਦੀ ਜ਼ਰੂਰਤ ਨਹੀਂ, ਕਿਉਂ ਤੇਰੀ ਜ਼ਬਾਨ ਦੀ ਜਾ ਤੇ ਮੈਂ ਅਲੀ ਬੋਲਾਂਗਾ ਜਾਂ ਮੇਰੇ ਪੁੱਤਰ ਬੋਲਣ। ਜਿੱਥੇ ਸਾਰੀਆਂ ਜ਼ਬਾਨਾਂ ਗੁੰਗੀਆਂ ਹੋ ਜਾਣਗੀਆਂ, ਜਿਹੜੀ ਜ਼ਬਾਨ ਜ਼ਿਕਰੇ ਅਲੀ ਚ ਬੋਲਦੀ ਏ ਉੱਥੇ ਵੀ ਫਰ ਫਰ ਬੋਲੇ। ਲੰਬੀ ਚੋੜੀ ਗੁਫ਼ਤਗੂ ਦਾ ਟਾਈਮ ਨਹੀਂ, ਮੇਰੀ ਬਾਣੀ ਦੀ ਅਸੀਅਤ ਏ ਮਾਲਕ ਦੀ ਬਾਰਗਾਹ ਚ ਦੁਆਏ ਕਿ ਮੇਰੇ ਜਿਹੜੇ ਭਾਈਆਂ ਦੀ ਕਾਵਿਸ਼ ਨੂੰ ਆਪਣੀ ਬਾਰਗਾਹ ਚ ਮੁਲਾਕਾਤ ਕਬੂਲ ਕਰਨਾ, ਜਿਹੜੇ ਮੇਰੇ ਭਾਈ ਪਰਦੇਸ ਦੇ ਵਿੱਚ ਰਿਜ਼ਕ ਦੀ ਤਲਾਸ਼ ਵਾਸਤੇ ਗਏ, ਜਿਹਨਾਂ ਦੀ ਮਿਹਨਤ ਔਰ ਕਾਵਿਸ਼ ਮਾਲਕ ਉਹਨਾਂ ਦੀਆਂ ਪਰਦੇਸ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਕਰਨਾ। ਖਾਲਕ ਕਿਬਰੀਆ ਫਰਮਾ ਰਹੇ ਨੇ ਕਿ ਮੇਰਾ ਬੰਦਾ ਤੂੰ ਇਤਨੇ ਸਜਦੇ ਕਰੇ ਕਿ ਤੂੰ ਸਾਜਦ ਹੋ ਜਾਏ। ਹੁਸੈਨ ਚ ਬੰਦੇ ਨੂੰ ਜ਼ਿੰਦਾ ਬਣ ਕੇ ਬਹਿਣਾ ਚਾਹੀਦਾ। ਜਿਹੜਾ ਵੀ ਵਲਾਈ ਅਲੀ ਤੋਂ ਬਗੈਰ ਜੀ ਰਿਹਾ ਹੈ ਉਹ ਮੁਰਦਾ ਹੈ। ਜਿਹੜਾ ਵੀ ਵਲਾਈ ਅਲੀ ਤੋਂ ਬਗੈਰ ਜੀ ਰਿਹਾ ਹੈ ਉਹ ਮੁਰਦਾ ਹੈ, ਤੇ ਜਿਹੜਾ ਮਰ ਕੇ ਵੀ ਵਲਾਈ ਅਲੀ ਚ ਜਾ ਰਿਹਾ ਹੈ ਉਹ ਜ਼ਿੰਦਾ ਹੈ। ਅਸੀਂ ਕਹਿੰਦੇ ਬੰਦਾ ਮਰ ਗਿਆ, ਸਾਦਕ ਆਲੇ ਮੁਹੰਮਦ ਕੋਲ ਕਿਸੇ ਬੰਦੇ ਪੁੱਛਿਆ ਮੌਲਾ ਜ਼ਿੰਦਾ ਤੇ ਮੁਰਦਾ ਦੀ ਤਫਸੀਰ ਕੀ ਹੈ, ਜ਼ਿੰਦਾ ਕਿਹਨੂੰ ਕਹਿੰਦੇ ਆ ਮੁਰਦਾ ਕਿਹਨੂੰ ਕਹਿੰਦੇ ਆ। ਸਾਦਕ ਆਲੇ ਮੁਹੰਮਦ ਫਰਮਾਉਂਦੇ ਨੇ ਤੁਹਾਡੇ ਇਲਮ ਦੇ ਮੁਤਾਬਕ ਜਿਹਦੀ ਰੂਹ ਪਰਵਾਜ ਕਰ ਜੇ ਮੁਰਦਾ ਹੈ, ਜਿਹੜਾ ਚੱਲ ਫਿਰ ਰਿਹਾ ਉਹ ਜ਼ਿੰਦਾ ਹੈ। ਅਗਰ ਸਾਦਕ ਕੋਲੋਂ ਪੁੱਛੇ ਜਿਹੜਾ ਵਲਾਏ ਅਲੀ ਤੋਂ ਹਟ ਕੇ ਬੁਗਜ਼ੇ ਅਲੀ ਚ ਚੱਲ ਰਿਹਾ ਹੈ ਉਹ ਮੁਰਦਾ ਹੈ, ਜਿਹੜਾ ਬੁਗਜ਼ੇ ਜਿਹੜਾ ਮੁਹੱਬਤ ਅਲੀ ਚ ਮਰ ਕੇ ਗਿਆ ਉਹ ਜ਼ਿੰਦਾ ਹੈ। ਜਿਹੜਾ ਮੇਰੇ ਦਾਦੇ ਅਲੀ ਦੀ ਮੁਹੱਬਤ ਦੇ ਵਿੱਚ ਮਰ ਕੇ ਜਾ ਰਿਹਾ ਹੈ ਉਹ ਮੁਰਦਾ ਨਹੀਂ ਉਹ ਜ਼ਿੰਦਾ ਹੈ। ਕਿਉਂ ਨਬੀਆਂ ਦੇ ਸਰਦਾਰ ਫਰਮਾਇਆ ਮਮਾ ਤਾਲਾ ਹੁਬਿਆ ਦੇ ਮੁਹੰਮਦ ਮਾਤਾ ਸ਼ਹੀਦਾ, ਜਿਹੜਾ ਵੀ ਸਾਡੀ ਮੁਹੱਬਤ ਦਿਲ ਵਿੱਚ ਲਾ ਕੇ ਮਰ ਜਾਏ ਉਸਨੂੰ ਮੁਰਦਾ ਨਾ ਕਹੋ ਸ਼ਹੀਦ ਹੈ। ਤੁਸੀਂ ਉਹਨਾਂ ਦੇ ਜ਼ਿਕਰ ਵਿੱਚ ਬੈਠੇ ਹੋ ਤਵਜੋ ਹੈ ਇਸ ਜ਼ਿਕਰ ਦਾ ਜ਼ਿੰਦਾ ਬੰਦੇ ਦਾ ਤਲਕ ਹੈ। ਖਾਲਕ ਫਰਮਾ ਰਿਹਾ ਹੈ ਮੈਂ ਤੁਹਾਡੀ ਜ਼ਹਿਮਤ ਤਮਾਮ ਕਰਾਂ, ਬਿਸਮਿਲ੍ਲਾ। ਖਾਲਕ ਫਰਮਾ ਰਿਹਾ ਹੈ ਕਿ ਮੇਰਾ ਬੰਦਾ ਇਤਨੇ ਸਜਦੇ ਕਰੇ ਉਹ ਸਾਜਦ ਬਣ ਜਾਵੇ। ਮੇਰਾ ਬੰਦਾ ਇਤਨੇ ਸਜਦੇ ਕਰੇ ਸਾਜਦ ਬਣ ਜਾਵੇ, ਮੇਰਾ ਬੰਦਾ ਇਤਨੀ ਇਬਾਦਤ ਕਰੇ ਕਿ ਉਹ ਆਬਦ ਬਣ ਜਾਵੇ। ਬੋਲਣਾ ਥੋੜਾ ਥੋੜਾ ਮੇਰਾ, ਤੁਸੀਂ ਬੋਲਣਾ ਤੇ ਮੈਂ ਪੜ੍ਹ ਲਿਆ ਹੈ ਜੇ ਬਿਸਮਿਲ੍ਲਾ। ਮੈਂ ਉਹ ਬੰਦਾ ਨਹੀਂ ਕਿ ਤੁਸੀਂ ਚੁੱਪ ਬੈਠੇ ਹੋ ਤੇ ਮੈਂ ਪੜ੍ਹਦਾ ਜਾਵਾਂ, ਕਿਉਂ ਨਾ 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 ਜਜ਼ਬਾਤ ਨਹੀਂ ਮੇਰੇ ਕੋਲ ਦਲੀਲ ਸਬੂਤ ਹੈ। ਕਿਉਂ ਮੈਂ ਬਾਰ ਬਾਰ ਕਹਿ ਰਿਹਾ ਬੋਲੋ ਬੋਲੋ ਬੋਲੋ, ਤੁਸੀਂ ਬੋਲਣਾ ਤੇ ਮੈਂ ਪੜ੍ਹਨਾ। ਖਾਲਕ ਨੇ ਦੋ ਕੁਰਾਨ ਕਾਇਨਾਤ ਦੇ ਵਿੱਚ ਨਾਜ਼ਲ ਕੀਤੇ ਨੇ, ਇੱਕ ਚੁੱਪ ਕੁਰਾਨ ਹੈ ਇੱਕ ਬੋਲਣ ਵਾਲਾ ਕੁਰਾਨ।
ਸਰਕਾਰੀ ਅਮੀਰੇ ਕਾਇਨਾਤ ਦੀ ਬਜ਼ਮ ਦੇ ਵਿੱਚ ਬਹਿਣਾ ਬੰਦੇ ਨੂੰ ਸਿੱਧਾ ਮਿਲ ਹੋ ਕੇ ਬਹਿਣਾ ਚਾਹੀਦਾ। ਕਿਉਂ? ਇਹ ਉਹ ਜ਼ਿਕਰ ਹੈ ਜਿਹੜਾ ਬਿਮਾਰ ਰੂਹਾਂ ਨੂੰ ਸ਼ਫਾ ਦਿੰਦਾ। ਜਿਸਮ ਬਿਮਾਰ ਹੋਵੇ ਡਾਕਟਰ ਦੀ ਜ਼ਰੂਰਤ ਹੈ, ਰੂਹ ਬਿਮਾਰ ਹੋਵੇ ਜ਼ਿਕਰ ਅਲੀ ਦੀ ਜ਼ਰੂਰਤ ਹੈ। ਕਿ ਮੇਰਾ ਬੰਦਾ ਇਤਨੀ ਇਬਾਦਤ ਕਰੇ ਆਬਦ ਬਣ ਜਾਏ, ਮੇਰਾ ਬੰਦਾ ਇਤਨੇ ਸਜਦੇ ਕਰੇ ਕਿ ਸਾਜਦ ਬਣ ਜਾਏ। ਔਰ ਕੋਈ ਬੰਦੇ ਹਨ ਜਿਨ੍ਹਾਂ ਨੂੰ ਆਪਣੀ ਇਬਾਦਤਾਂ ਤੇ ਵੀ ਨਾਲ ਦੇ, ਆਪਣੇ ਸਜਦਿਆਂ ਤੇ ਵੀ ਨਾਲ ਦੇ, ਨਾਲ ਹੋਣਾ ਚਾਹੀਦਾ। ਕਿਉਂ? ਸਜਦਾ ਅੱਲਾਹ ਤਾਲਾ ਦੀ ਬਿਹਤਰੀਨ ਇਬਾਦਤ ਹੈ। ਖਾਲਕ ਫਰਮਾ ਰਿਹਾ, ਮੇਰਾ ਬੰਦਾ ਤੂੰ ਇਤਨੇ ਸਜਦੇ ਕਰੇ ਕਿ ਸਾਜਦ ਬਣ ਜਾਏ, ਇਹ ਮੇਰਾ ਬੰਦਾ ਤੂੰ ਇਤਨੀ ਇਬਾਦਤ ਕਰੇ ਕਿ ਆਬਦ ਬਣ ਜਾਏ, ਮੈਂ ਤੇਰੀ ਇਬਾਦਤ ਔਰ ਸਜਦੂ ਕੇ ਇਵਜ ਮੈਂ ਤੁਝੇ ਪਰ ਅਦਾ ਕਰੂੰ। ਬੋਲਣ ਵਾਲੇ ਕੁਰਾਨ ਦੀ ਤਲਾਵਤ, ਖਾਲਕ ਫਰਮਾ ਰਿਹਾ ਦੋ ਕੁਰਾਨ, ਇੱਕ ਚੁੱਪ ਇੱਕ ਬੋਲਣ ਵਾਲਾ। ਜਿਸ ਵੇਲੇ ਚੁੱਪ ਦੀ ਤਲਾਵਤ ਹੈ ਤੇ ਫਿਰ ਚੁੱਪ ਕਰਕੇ ਸੁਣੋ। ਬੋਲਿਓ ਯਾਰ, ਚੁੱਪ ਕਿਹੜਾ ਹੈ? ਜਿਹੜਾ ਕਿਤਾਬ ਦੀ ਸ਼ਕਲ ਵਿੱਚ, ਜਿਸ ਵੇਲੇ ਉਸ ਕੁਰਾਨ ਦੀ ਤਲਾਵਤ ਕੀਤੀ ਜਾਏ, ਸ਼ਰੀਅਤ ਆਉਂਦੀ ਹੈ ਤੇਰੇ ਦਰਵਾਜ਼ੇ ਤੇ, ਤੂੰ ਖਮੋਸ਼ ਹੋ ਕੇ ਉਸਦੀ ਤਲਾਵਤ ਦਾ ਇਕਰਾਮ ਕਰੇ, ਫਿਰ ਬੰਦਾ ਖੁਦਾ ਮੈਂ ਚੁੱਪ ਕੁਰਾਨ ਦੀ ਤਲਾਵਤ ਸ਼ੁਰੂ ਨਹੀਂ ਕੀਤੀ, ਮੈਂ ਨੱਤ ਕੇ ਕੁਰਾਨ ਦੀ ਤਲਾਵਤ ਸ਼ੁਰੂ ਕੀਤੀ। ਮੈਂ ਬੋਲਣ ਵਾਲੇ ਕੁਰਾਨ ਦੀ ਤਲਾਵਤ ਪਿਆ ਕਰਨਾ। ਜਿਸ ਵੇਲੇ ਬੋਲਣ ਵਾਲੇ ਕੁਰਾਨ ਦੀ ਤਲਾਵਤ ਹੋਵੇ ਫਿਰ ਸ਼ਰੀਅਤ ਆਉਂਦੀ ਹੈ, ਹੁਣ ਚੁੱਪ ਨਹੀਂ ਕਰਨਾ। ਬੋਲਣ ਵਾਲੇ ਕੁਰਾਨ ਦੀ ਤਲਾਵਤ ਹੈ, ਹੁਣ ਬੋਲਣ ਵਾਜਿਆ ਪਏ। ਇਤਨੇ ਸਜਦੇ ਕਰੇ ਸਾਜਦ ਬਣ ਜਾਏ, ਇਤਨੀ ਇਬਾਦਤ ਕਰੇ ਆਬਦ ਬਣ ਜਾਏ, ਅੱਲਾਹ ਪਾਰਾ ਕਰ। ਖਾਲਕ ਫਰਮਾ ਰਿਹਾ, ਮੈਂ ਜਾਣਨਾ ਮੈਂ ਰੱਬ ਹਾਂ, ਤੇਰੇ ਅੰਦਰ ਜਿਹੜਾ ਲਾਲਚ ਹੈ ਮੈਂ ਜਾਣਨਾ, ਤੂੰ ਇਬਾਦਤ ਕਰਨਾ ਚੱਲ, ਸਜਦੇ ਕਰਨਾ ਚੱਲ, ਜੋ ਕੁਝ ਮੰਗਣਾ ਉਹ ਵੀ ਮੈਨੂੰ ਪਤਾ, ਤੂੰ ਕੀ ਮੰਗਣਾ ਚੱਲ। ਮੈਂ ਖਾਲਕ ਕਹਿ ਰਿਹਾ, ਜਾਂ ਫਿਰ ਸਜਦੇ ਕਰ, ਮੈਂ ਪਾਰਾ ਕਾ ਕਰ ਰਿਹਾ, ਤੇਰੀ ਹਸਰਤ ਬਾਕੀ ਨਾ ਰਹਿ ਜਾਏ, ਜਾਂ ਜ਼ਮੀਨ ਤੇ ਸਜਦੇ ਕਰ, ਜ਼ਮੀਨ ਦੇ ਚੱਪੇ ਚੱਪੇ ਤੇ ਸਜਦੇ ਕਰ। ਬੰਦੇ ਪਰਵਾਜ਼ ਕੀਤੀ, ਪਰਵਾਜ਼ ਕਰਕੇ ਜ਼ਮੀਨ ਦੇ ਚੱਪੇ ਚੱਪੇ ਤੋਂ ਸਜਦੇ ਸ਼ੁਰੂ ਕੀਤੇ, ਹੁਣ ਜ਼ਮੀਨ ਦੇ ਉੱਤੇ ਪਹਾੜ ਵੀ ਨੇ, ਪਹਾੜਾਂ ਦੇ ਸਜਦੇ ਕੀਤੇ, ਜ਼ਮੀਨ ਉੱਤੇ ਸੈਰਾਬ ਵੀ ਨੇ, ਸੈਰਾਬਾਂ ਦੇ ਸਜਦੇ ਕੀਤੇ, ਜ਼ਮੀਨ ਦੇ ਉੱਤੇ ਜੰਗਲ ਵੀ ਨੇ, ਜੰਗਲਾਂ ਦੇ ਸਜਦੇ ਕੀਤੇ, ਜ਼ਮੀਨ ਦੇ ਉੱਤੇ ਸਮੁੰਦਰ ਵੀ ਨੇ। ਜਿਸ ਵੇਲੇ ਸਮੁੰਦਰ ਆ ਗਿਆ, ਜੰਗਲਾਂ ਦੇ ਸਜਦੇ ਮੁਕੰਮਲ ਹੋ ਗਏ, ਪਹਾੜਾਂ ਦੇ ਸਜਦੇ ਮੁਕੰਮਲ ਹੋ ਗਏ, ਸੈਰਾਬ ਦੇ ਸਜਦੇ ਮੁਕੰਮਲ ਹੋ ਗਏ, ਜ਼ਮੀਨ ਦੇ ਸਜਦੇ ਮੁਕੰਮਲ ਹੋ ਗਏ, ਅੱਗੇ ਆ ਗਈ ਸਮੁੰਦਰ। ਜਿਸ ਵੇਲੇ ਸਮੁੰਦਰ ਆਈ, ਬੰਦਾ ਆਉਂਦਾ, ਐ ਰੱਬੁਲ ਇੱਜ਼ਤ ਤੂੰ ਵਾਅਦਾ ਕੀਤਾ ਜ਼ਮੀਨ ਦੇ ਚੱਪੇ ਚੱਪੇ ਤੇ ਸਜਦਾ ਕਰ, ਹੁਣ ਜ਼ਮੀਨ ਖੁਸ਼ਕੀ ਵਾਲੀ ਤੇ ਮੁੱਕ ਗਈ ਏ, ਅੱਗੇ ਤਰੀ ਵਾਲੀ ਏ, ਹੁਣ ਮੈਂ ਕੀ ਕਰਾਂ? ਉਸ ਵੇਲੇ ਖਾਲਕ ਫਰਮਾਉਂਦੇ ਨੇ, ਮਸੱਲਾ ਡਾ, ਮੈਂ ਜਾਣਾ ਮੇਰਾ ਕੰਮ ਕਰਨਾ।
ਯਗਦਬਾਨ ਨਾਰਾ ਹੈਦਰੀ ਆਸਮਾਨ ਤੇ ਆ ਬੰਦੇ ਪ੍ਰਵਾਸ ਕੀਤੀ, ਪ੍ਰਵਾਸ ਕਰਕੇ ਪਹਿਲੇ ਆਸਮਾਨ ਦੀ ਇਬਾਦਤ ਕੀਤੀ, ਪਹਿਲੇ ਆਸਮਾਨ ਤੋਂ ਸਜਦੇ ਕੀਤੇ, ਫਿਰ ਦੂਸਰੇ ਆਸਮਾਨ ਦੀ ਇਬਾਦਤ ਕੀਤੀ, ਦੂਸਰੇ ਆਸਮਾਨ ਤੋਂ ਸਜਦੇ ਕੀਤੇ, ਫਿਰ ਤੀਸਰੇ ਆਸਮਾਨ ਤੇ ਇਬਾਦਤ ਕੀਤੀ, ਤੀਸਰੇ ਆਸਮਾਨ ਤੋਂ ਸਜਦੇ ਕੀਤੇ, ਫਿਰ ਚੌਥੇ ਆਸਮਾਨ ਤੇ ਇਬਾਦਤ ਕੀਤੀ, ਚੌਥੇ ਆਸਮਾਨ ਤੇ ਸਜਦੇ ਕੀਤੇ, ਫਿਰ ਪੰਜਵੇਂ ਆਸਮਾਨ ਦੀ ਇਬਾਦਤ ਕੀਤੀ, ਪੰਜਵੇਂ ਆਸਮਾਨ ਤੇ ਜਾ ਕੇ ਸਜਦੇ ਕੀਤੇ, ਫਿਰ ਛੱਠੇ ਆਸਮਾਨ ਤੇ ਜਾ ਕੇ ਇਬਾਦਤ ਕੀਤੀ, ਛੱਠੇ ਆਸਮਾਨ ਤੇ ਸਜਦੇ ਕੀਤੇ, ਫਿਰ ਸੱਤਵੇਂ ਆਸਮਾਨ ਤੇ ਇਬਾਦਤ ਕੀਤੀ, ਸੱਤਵੇਂ ਆਸਮਾਨ ਤੇ ਸਜਦੇ ਕੀਤੇ। ਹੁਣ ਮੈਂ ਪੜ੍ਹਦੇ ਹੀ ਜਾਣਾ ਯਾਰ, ਚੰਦ ਮਿੰਟ ਮੇਰੇ ਕੋਲ ਰਹਿ ਗਏ, ਮੈਂ ਨਾਤਕੀ ਕੁਰਾਨ ਦੀ ਪਹਿਲੀ ਆਇਤ ਤਲਾਵਤ ਕਰਕੇ ਦੋ ਬੰਦ ਮੁਸਾਇਦ ਪੜ੍ਹ ਕੇ ਤਾਲਬੇ ਦਵਾ ਤਵੱਜੋ ਹੈ। ਜਿਸ ਵੇਲੇ ਜ਼ਮੀਨ ਦੀ ਇਬਾਦਤ ਮੁਕੰਮਲ ਕਰਕੇ, ਖੁਸ਼ੀ ਔਰ ਤਰੀ ਦੀ ਇਬਾਦਤ ਮੁਕੰਮਲ ਕਰਕੇ, ਪਹਿਲੇ ਅਸਮਾਨ ਦੀ ਇਬਾਦਤ ਮੁਕੰਮਲ, ਛੱਠੇ ਅਸਮਾਨ ਦੀ ਇਬਾਦਤ ਮੁਕੰਮਲ, ਸੱਤਵੇਂ ਅਸਮਾਨ ਦੀ ਇਬਾਦਤ ਮੁਕੰਮਲ, ਹੁਣ ਇਨਸਾਫ ਕਰੋ ਜਿਸ ਦੇ ਕੋਲ ਜ਼ਮੀਨੋ ਅਸਮਾਨ ਦੇ ਸਜਦੇ ਹੋਣ, ਸਮੁੰਦਰ ਦੇ ਸਜਦੇ ਹੋਣ, ਪਹਾੜਾਂ ਦੇ ਸਜਦੇ ਹੋਣ, ਰੇਗਿਸਤਾਨਾਂ ਦੇ ਸਜਦੇ ਹੋਣ, ਜੰਗਲਾਂ ਦੇ ਸਜਦੇ ਹੋਣ, ਫਿਰ ਹੱਕਦਾਰ ਹੈ ਨਾ ਜੰਨਤ ਦਾ। ਯਾਰ ਇਤਨੀ ਇਬਾਦਤ ਜ਼ਮੀਨੋ ਅਸਮਾਨ ਦੀ ਇਬਾਦਤ ਜਿਹੜੇ ਨਹੀਂ ਬੰਦੇ ਸਮਝ ਸਕੇ, ਉਹ ਜਿਹੜਾ ਬੰਦਾ ਮਸਜਿਦ ਦਾ ਖੱਤਾ ਨਹੀਂ ਛੱਡਦਾ ਉਹ ਆਪਣੇ ਆਪ ਨੂੰ ਜੰਨਤੀ ਸਮਝਦਾ ਹੈ, ਜਿਹਦੇ ਕੋਲ ਅਸਮਾਨ ਦੇ ਸਜਦੇ ਹੋਣ। ਜਿਹਦੇ ਕੋਲ ਜ਼ਮੀਨੋ ਅਸਮਾਨ ਦੇ ਸਜਦੇ ਹੋਣ, ਬੰਦਾ ਰਮਜ਼ਾਨ ਦੀ ਇਬਾਦਤ ਕਰੇ ਉਹਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ, ਵਾਹ ਵਾਹ, ਤੇ ਜਿਹਦੇ ਕੋਲ ਜ਼ਮੀਨੋ ਸਮਾਨ ਦੇ ਸਜਦੇ ਹੋਣ, ਤਵੱਜੋ ਹੈ, ਫਿਰ ਉਹਦਾ ਮਿਆਰ ਕਿਤਨਾ ਬੁਲੰਦ ਹੋਵੇਗਾ, ਉਹਦੀ ਫਜ਼ੀਲਤ ਕਿਤਨੀ ਹੋਵੇਗੀ ਜਿੰਨੇ ਸਮੁੰਦਰ ਤੇ ਵੀ ਸਜਦੇ ਕੀਤੇ। ਵਾਹ ਵਾਹ, ਤਵੱਜੋ ਹੈ ਜੀ, ਬਿਸਮਿਲਲਾਹ। ਆਵਾਜ਼ ਹੀ ਕੁਦਰਤ ਆਈ, ਐ ਮੇਰਾ ਬੰਦਾ ਅਬ ਕਿਆ ਚਾਹੀਏ, ਰੱਬ ਬਣਦਾ ਨਾ ਬਾਰਾ ਤਾਂ ਕੀਤੇ ਨੇ, ਸਜਦੇ ਉਹ ਕਰਦਾ ਰਿਹਾ, ਇਬਾਦਤ ਕਰਦਾ ਰਿਹਾ, ਰੱਬ ਦੇ ਬਾਰਾ ਤਾਂ ਕੀਤੇ ਨੇ, ਪਰ ਚੰਪੇ ਚੰਪੇ ਤੋਂ ਸਜਦੇ ਕੀਤੇ, ਪਰ ਨਾਲ ਅਸਮਾਨ ਦੇ ਸਜਦੇ ਕੀਤੇ, ਅਸਮਾਨ ਦੇ ਪਹਿਲੇ ਸਮਾਨ ਦੇ ਸਜਦੇ ਕੀਤੇ, ਦੂਸਰੇ ਸਮਾਨ ਦੇ, ਤੀਸਰੇ ਦੇ, ਛੱਠੇ ਦੇ, ਸੱਤਵੇਂ ਸਮਾਨ ਦੇ ਸਜਦੇ ਕੀਤੇ, ਹੁਣ ਹੱਥ ਬਣਦਾ ਨਾ ਇਹ ਮੇਰਾ ਬੰਦਾ ਕਿਆ ਚਾਹੀਏ। ਤੋਜੋ ਹੈ ਇਹ ਮੇਰਾ ਬੰਦਾ ਕਿਆ ਚਾਹੀਏ, ਤੇ ਬੰਦੇ ਨੂੰ ਉੱਥੇ ਟੁੱਕਰ ਤੇ ਨਹੀਂ ਨਾ ਚਾਹੀਦਾ, ਇਬਾਦਤ ਦੇ ਇਵਜ਼ ਬੰਦਾ ਟੁੱਕਰ ਨਹੀਂ ਮੰਗਦਾ, ਇਬਾਦਤ ਦੇ ਇਵਜ਼ ਬੰਦਾ ਪੈਸੇ ਨਹੀਂ ਮੰਗਦਾ। ਇਬਾਦਤ ਕਿਉਂ ਕਰ ਰਿਹਾ? ਜੰਨਤ ਵਾਸਤੇ। ਮਾਸ਼ਾਅੱਲਾ। ਕੁਰਾਨ ਕਿਉਂ ਪੜ੍ਹ ਰਿਹਾ? ਜੰਨਤ ਵਾਸਤੇ। ਨਮਾਜ਼ ਕਿਉਂ ਪੜ੍ਹ ਰਿਹਾ? ਜੰਨਤ ਵਾਸਤੇ। ਕੁਰਬਾਨੀ ਕਿਉਂ ਕਰ ਰਿਹਾ? ਜੰਨਤ ਵਾਸਤੇ। ਜ਼ਕਾਤ ਕਿਉਂ ਦੇ ਰਿਹਾ? ਜੰਨਤ ਵਾਸਤੇ। ਹਰ ਕੰਮ ਜੰਨਤ ਵਾਸਤੇ ਕਰ ਰਿਹਾ। ਤੇ ਜਿਸ ਵੇਲੇ ਜ਼ਮੀਨੋ ਸਮਾਨ ਦੀ ਇਬਾਦਤ ਜਨਾਬ ਜੇਬ ਦੇ ਵਿੱਚ ਹੋਵੇ, ਜਦ ਖਾਲਕ ਨੇ ਪੁੱਛਿਆ ਅਬ ਬਤਾ ਤੇਰੀ ਰਜ਼ਾ ਕਿਆ ਹੈ, ਕਿਆ ਚਾਹਤਾ ਹੈ, ਆਵਾਜ਼ ਆਈ ਅੱਲਾਹ ਅਬ ਇਸ ਕੇ ਆਗੇ ਜੰਨਤ ਕੇ ਸਵਾ ਕੁਛ ਨਹੀਂ ਚਾਹੀਦਾ। ਬੰਦੇ ਨੇ
جواب دیتا اے رب العزت اس عبادت کے عوض اب جنت کے ثواب مجھے کچھ نہیں چاہیے. جب جنت کا نام آیا نا جس کے لب نہیں وہ مسکرا کے کہتا ہے اچھا ان زمین کے سجدوں کے عوض تو جنت مانگتا ہے, سرا کے سجدوں کے عوض تو جنت مانگتا ہے, سمندر کے پانی کے سجدوں کے عوض تو جنت مانگتا ہے, آسمان کے سجدوں کے عوض تو جنت مانگتا ہے, قربانی کے عوض تو جنت مانگتا ہے, صدقے زکات کے عوض تو جنت مانگتا ہے, نماز کے بدلے تو جنت مانگتا ہے, حج کے بدلے تو جنت مانگتا ہے. اگر تیرے نام اعمال میں 70 نبیوں کی نیکیاں بھی آ جائیں, یہ زمین و آسمان کی عبادت بھی ہو, اگر تیرے دل میں بغض علی ہے جنت کو جا, تو جنت کی خوشبو کا بہت مہربانی. طبیعت لگی کی ملی یا نہیں؟ پڑھتے ماشاءاللہ. میرا بیان تمام. تسی جی گل کی وہ ایک مطلب میں اس گل کی بتا کے دتا کہ اہل بیت کے دشمن تھے لعنت, یہ اسی بھی کرنے انسان بھی کرتے, مگر ایک ایسی مخلوق ہے وہ بھی اپنے انداز دے وچ آل محمد دے دشمن دے تبرک کر صادق آل محمد اپنے محبت دے وچ بیٹھے. سرکار نے اپنے ایک محب داؤد دے دل دے وچ ارادہ پیدا کیتا کہ داؤد میرے تے سوال کرے. بولے تھوڑا علم امامت دے نال دل دے وچ ارادہ پیدا کیتا. داؤد ہے سرکار دا محب غلام. سرکار نے نگاہ مچائی, داؤد کی زبان دیتی, آخیا مولا یہ جڑے سمندر نے انہاں سمندراں دی تہ دے تھلے بھی کوئی چیز ہے؟ واہ 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 واہ. اور یہ اپنے پڑھنا کیا وجہ ہے؟ اس کے بعد موسم بھی سونا ہو گیا, شاید چند لمحے بعد بجلی بھی آ جائے. تو جو ہے جی مگر میری آواز تھوڑے تک پہنچ رہی جی, آواز باہر بھی جا رہی ہے, بندے متوجہ دے. تو جو ہے مولا اتنے گہرے جڑے سمندر نے انہاں سمندراں دی تہ دے تھلے بھی کوئی چیز ہے؟ واہ واہ واہ. وہ جو ہے جی سرکار نے آخیا اچھا داؤد پھر اکھاں بند کر. داؤد نے اکھاں بند کی, سرکار نے چند لمحے بعد آخیا اکھاں کھول. جس ویلے کھولیاں تے سامنے چھاٹھاں مارنا سمندر. واہ 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 واہ. توجہ ہے, سامنے چھاٹھاں مارنا سمندر. صادق آل محمد دے قدم اٹھ رہے نے, لہر چ جوش آ رہے. صادق آل محمد دے قدم قریب جا رہے نے, کنارے دے بنے دے قدم قریب جا رہے, لہراں اٹھ رہی ہیں, لہراں دے وچ جوش آ رہے, لہراں دے وچ انقلاب آ رہے, لہراں جھوم رہی ہیں. توجہ ہے ماشاءاللہ. میں تے یہ پڑھدا رہنا جس طرح مرشد نو ویکھ کے ملنگ نعرے مار دے رہنا, اور جب تے خدا نو ویکھ کے سمندر دیاں لہراں نعرے مار دے شروع کر دے. جس ویلے سرکار دے قدم قریب جا رہے ہیں لہراں دے وچ جوش آ رہے, جس ویلے کنڈے تے پہنچے رہنا تے لہراں اتنی بلند ہیاں جو سارے نال بلند ہو گئی. داؤد نے قدم پیچھے ہٹے. مولا پوچھتے ہیں داؤد پیچھے کیوں ہٹ رہے ہیں؟
ਆਖਿਆ ਮੌਲਾ ਵੇਖੋ ਨਾ ਜੇ ਜੂੰ ਜੋ ਤੁਸੀਂ ਕਰੀਬ ਜਾ ਰਹੇ ਹੋ, ਕਰੀਬ ਜਾ ਰਹੇ ਹੋ, ਇਹਨਾਂ ਦੇ ਵਿੱਚ ਜੋਸ਼ ਆ ਰਿਹਾ, ਇਹਨਾਂ ਦੇ ਵਿੱਚ ਇਨਕਲਾਬ ਆ ਰਿਹਾ, ਇਹ ਜੋਸ਼ ਨਾਲ ਝੂਮ ਰਹੀਆਂ ਨੇ, ਇਹਨਾਂ ਦੇ ਵਿੱਚ ਇਨਕਲਾਬ ਹੈ, ਇਹ ਕਦੀ ਉੱਠਦੀਆਂ ਨੇ ਕਦੀ ਬਾਂਹਦੀਆਂ ਨੇ। ਮੌਲਾ ਕਿਰੇ ਇਤਨੀਆਂ ਬੁਲੰਦ ਲਹਿਰਾਂ ਸਾਡੇ ਸਰ ਤੋਂ ਹੀ ਨਾ ਗੁਜ਼ਰ ਜਾਣ। ਇਸ ਦਾ ਨਾਂ ਖੈਰਾਤ ਦੇ ਦੇਣ ਦੇ ਨਾਲ। ਮੌਸਮ ਵੀ ਠੀਕ ਹੋ ਗਿਆ ਤੇ ਬਿਜਲੀ ਵੀ ਆ ਗਈ ਤੇ ਤੁਹਾਡੇ ਚਿਹਰੇ ਵੀ ਨਜ਼ਰ ਆਉਣ ਲੱਗ ਪਏ ਨੇ, ਤੇ ਹੁਣ ਵੀ ਨਾ ਬੋਲੋ ਤੇ ਫਿਰ ਤੁਹਾਡੀ ਆਪਣੀ ਮਰਜ਼ੀ ਹੈ। ਜ਼ਿਕਰ ਵਾਲੇ ਜਾਣਨ ਤੇ ਤੁਸੀਂ ਜਾਣੋ। ਮੌਲਾ ਇਹ ਇਤਨੀਆਂ ਬੁਲੰਦ ਲਹਿਰਾਂ ਉੱਠ ਰਹੀਆਂ ਨੇ, ਮੈਂ ਵਜ੍ਹਾ ਪੁੱਛ ਸਕਦਾ? ਤੁਹਾਡੀ ਗੱਲ ਦਾ ਜਵਾਬ ਨਹੀਂ ਤਲਬ ਲਵਾ। ਸਰਕਾਰ ਜਿਸ ਵੇਲੇ ਕਰੀਬ ਆਏ ਕਿਬਲਾ, ਸਮੁੰਦਰ ਦੀਆਂ ਲਹਿਰਾਂ ਨੇ ਬੁਲੰਦ ਹੋਣਾ ਸ਼ੁਰੂ ਹੋਇਆ, ਇਤਨੀਆਂ ਬੁਲੰਦ ਹੋ ਗਈਆਂ, ਸਰ ਨਾਲ ਬੁਲੰਦ ਹੋ ਗਈਆਂ, ਹੈਰਾਨਗੀ ਦਾ ਸਬਬ ਬਣ ਗਿਆ। ਦਾਊਦ ਦੇ ਪੈਰ ਟਿਕਦੇ ਨਹੀਂ। ਮੌਲਾ ਆਂਦੇ ਨੇ ਰੁਕ ਜਾ, ਰੁਕ ਜਾ, ਮੈਂ ਅਲੀ ਦਾ ਪੁੱਤਰ ਹਾਂ। ਬੋਲੋ ਯਾਰ, ਤਵੱਜੋ ਹੈ, ਮਾਹੌਲ ਬਣ ਗਿਆ, ਬਿਜਲੀ ਚੱਲ ਗਈ, ਪੱਖੇ ਚੱਲ ਗਏ, ਤਵੱਜੋ ਹੈ, ਬਾਰਿਸ਼ ਹੋ ਗਈ, ਫਿਰ ਹੁਣ ਵੀ ਬੰਦੇ ਦਾ ਚਿਹਰਾ ਮੁਰਝਾਇਆ ਹੋਵੇ ਤੇ ਫਿਰ ਉਹਦੀ ਆਪਣੀ ਮਰਜ਼ੀ। ਤਵੱਜੋ ਹੈ, ਇਹ ਬਾਰਿਸ਼ ਦੇ ਜਨਾਬ ਸੁੱਕੇ ਗੁਲਾਬ ਦੇ ਪੋਵੇ ਤੇ ਉਹ ਸਿਰਫ ਹੋ ਜਾਂਦਾ ਹੈ। ਤਵੱਜੋ ਹੈ, ਤੇ ਫਿਰ ਅਸਮਾਨ ਦੀ ਵੀ ਬਾਰਿਸ਼ ਹੋਵੇ, ਜ਼ਿਕਰੇ ਅਲੀ ਦੀ ਵੀ ਬਾਰਿਸ਼ ਹੋਵੇ, ਅਗਰ ਇਹਨਾਂ ਦੀ ਬੁਲੰਦੀ ਦਾ ਰਾਜ ਪੁੱਛਣਾ ਚਾਹੁੰਦਾ ਹੈ, ਫਿਰ ਰਾਜ ਦੋ ਨੇ, ਜਿਸ ਵੇਲੇ ਉੱਠਦੀਆਂ ਨੇ ਇੱਕ ਰਾਜ ਹੈ, ਜਿਸ ਵੇਲੇ ਬਹਿੰਦੀਆਂ ਨੇ ਇੱਕ ਰਾਜ ਹੈ। ਲਹਿਰ ਉੱਠੇ ਸਮੁੰਦਰ ਜੀ, ਕਿੰਨੇ ਕਿੰਨੇ ਵੇਖਿਆ ਲਹਿਰ ਕਦੀ ਉੱਠਦੀ ਹੈ ਤੇ ਕਦੀ ਬਹਿੰਦੀ, ਇੰਜੇ ਗੱਲ ਜਿਹਨੂੰ ਅਸੀਂ ਠੱਲ ਕਹਿੰਦੇ ਹਾਂ ਪੰਜਾਬੀ 'ਚ। ਦੋਜੋ ਹੈ, ਕਦੀ ਉੱਠਦੀ ਹੈ ਕਦੀ ਬਹਿੰਦੀ ਹੈ। ਮੌਲਾ ਇਹ ਕਦੀ ਉੱਠਦੀ ਹੈ ਕਦੀ ਬਹਿੰਦੀ ਹੈ, ਇਤਨੀ ਬੁਲੰਦ ਹੁੰਦੀ ਹੈ ਫਿਰ ਪਸਤ ਹੋ ਜਾਂਦੀ ਹੈ। ਜਿਹਨੂੰ ਅਸੀਂ ਜਨਾਬ ਇਹ ਸਾਇੰਸ ਦੀ ਜ਼ਬਾਨ ਦੇ ਵਿੱਚ ਮਦੋ ਜਜ਼ਰ ਕਹਿੰਦੇ ਹਾਂ। ਦੋਜੋ ਹੈ, ਮਦ ਕਹਿੰਦੇ ਨੇ ਬਹਿਣ ਨੂੰ, ਜਜ਼ਰ ਕਹਿੰਦੇ ਨੇ ਉੱਠਣ ਨੂੰ। ਮੌਲਾ ਇਹ ਕਦੀ ਬਹਿੰਦੀ ਹੈ ਕਦੀ ਉੱਠਦੀ ਹੈ, ਵਜ੍ਹਾ ਪੁੱਛ ਸਕਣਾ? ਉਸ ਵੇਲੇ ਸਾਧੇ ਕਿ ਆਲੇ ਮੁਹੰਮਦ ਕਹਿੰਦੇ ਨੇ, ਮੈਨੂੰ ਆਪਣੇ ਨਾਨੇ ਦੀ ਰਸਾਲਤ ਦੀ ਕਸਮੇ, ਮੈਨੂੰ ਆਪਣੇ ਦਾਦੇ ਦੀ ਵਲਾਇਤ ਦੀ ਕਸਮੇ, ਅਗਰ ਇਸ ਦਾ ਉੱਠਣਾ ਔਰ ਬਹਿਣਾ ਪੁੱਛਣਾ ਚਾਹੁੰਦਾ ਹੈ ਤੇ ਫਿਰ ਸੁਣ। ਇਹ ਜਿਸ ਵੇਲੇ ਸਮੁੰਦਰ ਦੀ ਠੱਲ ਉੱਠਦੀ ਹੈ ਸਾਡੇ ਤੇ ਦਰੂਦ ਪੜਦੀ ਹੈ, ਜਿਸ ਵੇਲੇ ਬਹਿੰਦੀ ਹੈ ਸਾਡੇ ਦੁਸ਼ਮਣ ਤੇ ਤਬਰਾ ਕਰਦੀ ਹੈ। ਸਾਡੇ ਤੇ ਦਰੂਦ ਪੜਦੀ ਤੇ ਜਿਸ ਵੇਲੇ ਬਾਂਧੀ ਸਾਡੇ ਦੁਸ਼ਮਣ ਤੇ ਤਬਰਾ ਕਰਦੀ ਹੈ, ਤੇ ਫਿਰ ਸਾਡੇ ਨਾਰੇ ਦਾ ਅੰਦਾਜ਼ ਸਮੁੰਦਰ ਨਾਲ ਰਲਦਾ ਨਹੀਂ। ਜਿਸ ਵੇਲੇ ਅਸੀਂ ਆਨੇ ਹੁਸੈਨੀਅਤ, ਅਸੀਂ ਆਨੇ ਜ਼ਿੰਦਾਬਾਦ, ਯਜ਼ੀਦੀਅਤ, ਅਸੀਂ ਆਨੇ ਮੁਰਦਾਬਾਦ, ਇਹ ਪਾਣੀ ਨੇ ਸਬਕ ਦਿੱਤਾ ਹੈ। ਜਿਸ ਵੇਲੇ ਦਰੂਦ ਪੜਨਾ ਆਵੇ ਉੱਠ ਕੇ ਪੜੋ, ਤਬਰਾ ਕਰਨਾ ਆਵੇ ਦੁਸ਼ਮਣ ਨੂੰ ਪਸਤ ਕਰਕੇ ਪੜੋ। ਦੁਨੀਆ ਸਮਝੀ ਨਹੀਂ, ਅਗਰ ਸਮਝ ਆਉਂਦੀ ਫਿਰ ਕੁਰਾਨ ਦੀਆਂ ਤਫਸੀਰਾਂ ਬਾਜ਼ਾਰਾਂ 'ਚ ਚੱਲ ਰਹੀਆਂ। ਆਪਣੇ ਹਿੱਸੇ ਦਾ ਮੈਂ ਪੜ੍ਹ ਗਿਆ ਮਜਲਿਸ ਦੀ ਤਕਮੀਲ ਦੇ ਵਾਸਤੇ, ਦੋ ਤੋਂ ਚਾਰ ਮਿੰਟ ਜ਼ਿਕਰੇ ਮਸਾਇਦ ਤਾਂ ਮਿਲ ਵਾ। ਅੱਜ ਤ੍ਰੈ ਮੁਹਰਮ ਹੈ, ਸੱਤ ਦਿਨ ਦਾ ਮਹਿਮਾਨ ਨੇ ਬਦਮੂਲ ਦਾ ਬਚਣਾ,
ਬੜੇ ਕਿਸਮਤ ਆਦੇ ਹੋ ਜਿੰਨਾ ਦੁੱਖ ਇਹ ਲੰਮੇ ਮਿਲ ਗਏ ਨੇ ਮਜ਼ਲੂਮ ਦੇ ਗਮ ਦੇ ਵਿੱਚ ਰੋਣ ਵਾਸਤੇ। ਜ਼ਿੰਦਗੀ ਦਾ ਪਤਾ ਕੋਈ ਨਹੀਂ ਕਿਸ ਮੋੜ 'ਤੇ ਮੁੱਕ ਜਾਏ। ਕੋਈ ਬੰਦਾ ਗਰੰਟੀ ਲੈ ਕੇ ਨਹੀਂ ਬੈਠਿਆ ਕਿ ਆਉਂਦਾ ਮੁਹਰਮ ਇਸੇ ਮਾਂ-ਬਾਰਗਾਹ 'ਚ ਵੇਖਣੇ ਕਿ ਚੰਦ ਲੰਮੇ ਨੇ ਅਤੇ ਕਿਤਨੇ ਕਰੀਬ ਨੇ ਜਿਹੜੇ ਇੱਕ ਹੰਝ ਦੇ ਬਦਲੇ ਜੰਨਤ ਤਕਸੀਮ ਕਰਦੇ। ਯਾਰਾਂ ਮੁਹਰਮ ਦਾ ਦਿਨ ਇਹੋ ਅਜਰੇ ਰਸਾਲਤ ਮਿਲੇ ਜੋ ਕੁਰਾਨ ਦੀਆਂ ਤਫਸੀਰਾਂ ਦੇ ਹੱਥ ਰੱਸੀਆਂ 'ਚ ਰੋਜ਼ ਕੀਤੇ। ਹਾਏ ਹਾਏ ਤੇਰੇ ਵੱਸ ਦੀ ਇਹ ਰੋਜ਼ ਮੁਕੱਦਰ ਦਾ ਇਸ ਤੋਂ ਵੱਡਾ ਮੁਸਾਇਬ ਕੋਈ ਨਹੀਂ ਜਿਨ੍ਹਾਂ ਦੇ ਬਾਰੇ ਮੁਸਤਫਾ ਆਖਿਆ ਇਹਨਾਂ ਨਾਲ ਪਿਆਰ ਕਰਿਓ ਇਲਾ ਮੁਹੱਬਤ ਫਿਲ ਗੁਰਬਾ। ਇਹੋ ਅਜਰੇ ਰਸਾਲਤ ਮਿਲਿਆ ਹੈ ਜੋ ਉਹ ਕੁਰਾਨ ਦੀਆਂ ਤਫਸੀਰਾਂ ਦੇ ਹੱਥ ਰੱਸੀਆਂ 'ਚ ਰੋਜ਼ ਬੇਪਲਾਨ ਉੱਠ ਮੰਗਵਾਏ ਗਏ ਜਿਨ੍ਹਾਂ ਦੀ ਕੰਢ ਦੇ ਪਹਿਲੇ ਬੈਠੇ ਤਰੀਖ ਦੇ ਵਿੱਚ ਲਿਖਿਆ ਗਿਆ ਮਕਤਲ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਗਿਆ ਕਿ ਉੱਠ ਜੰਗਲੀ ਆਏ ਪਾਗਲ ਉੱਠ ਆਏ ਜਿਨ੍ਹਾਂ ਦੀ ਕੰਢ ਦੇ ਪਹਿਲੇ ਬੈਠੇ ਜਿਸ ਵੇਲੇ ਉੱਠ ਬਿਠਾਏ ਗਏ ਨਾ ਜਿਨ੍ਹਾਂ ਦਾ ਸਰਦਾਰ ਉੱਠ ਜਿਸ ਦੀਆਂ ਅੱਖਾਂ ਪਈਆਂ ਮਸਲੀਆਂ ਕਸਮੇ ਕੁਰਾਨ ਦੀ ਨਹੀਂ ਪਛਾਣ ਕੀਤੀ ਅਤੇ ਨਾਨੇ ਦੀ ਉਮਤ ਨਹੀਂ ਕੀਤੀ ਜਾਨਵਾਰ ਵੀ ਸਜਾ ਲਈਏ ਕਿ ਸਰਦਾਰ ਉੱਠ ਰੋਂਦਾ ਆ ਪਹਿਲਾਂ ਦੀਆਂ ਅੱਖਾਂ ਮਸਦੀਆਂ ਹੀ ਪਈਆਂ ਦੂਸਰੇ ਪੁੱਛਦੇ ਨੇ ਤੂੰ ਸਾਡਾ ਸਰਦਾਰ ਹੈ ਤੂੰ ਸਾਡਾ ਬਾਦਸ਼ਾਹ ਕਿਉਂ ਰੋਂਦੇ ਪਿਆ ਆਂਦਾ ਮੇਰੇ ਰੋਣ ਦੀ ਵਜ੍ਹਾ ਇਹ ਵੇ ਅੱਜ ਸਾਡੀਆਂ ਕੰਡਾਂ 'ਤੇ ਉਹਨਾਂ ਬਹਿਣ ਹੈ ਜਿਹੜੀਆਂ ਕਦਾਂ ਹੀ ਵਿਹੜਿਆਂ ਵਿੱਚ ਨਾ ਟੁੱਟੀਆਂ ਆਏ ਅੱਜ ਅਸੀਂ ਪਾਗਲ ਹਾਂ ਅਸੀਂ ਜੰਗਲੀ ਹਾਂ ਸਾਡੀ ਕੰਢ ਦੇ ਪਹਿਲੇ ਬੈਠਾ ਕੋਈ ਨਹੀਂ ਸਾਨੂੰ ਤਮੀਜ਼ ਨਹੀਂ ਆਪਣੇ ਸਵਾਰ ਦੀ ਮਗਰ ਰੋਂਦਾ ਇਸ ਵਾਸਤੇ ਪਿਆ ਅੱਜ ਮੱਠਾ ਟੁਰਿਓ ਤੇਜ਼ ਨਹੀਂ ਟੁਰਨਾ ਕਿਉਂ ਅੱਜ ਸਾਡੀ ਕੰਢ ਦੇ ਜ਼ਹਰਾ ਜਲੀਆਂ ਦੇ ਸਵਾਰ ਹੋ ਗਏ ਅੱਜ ਨੌ ਵਾਰ ਉੱਠੇ ਨੌ ਵਾਰ ਉੱਠ ਬੈਠੇ ਬੜੀ ਜਲਦੀ ਕਰ ਰਹੇ ਹਾਂ ਜਿਹੜਾ ਵਾਧਾ ਕੀਤਾ ਹੈ ਦੋ ਚਾਰ ਮਿੰਟ ਬਸ ਜ਼ਿਆਦਾ ਤੋਂ ਜ਼ਿਆਦਾ ਨੌ ਵਾਰ ਉੱਠੇ ਅਤੇ ਨੌ ਵਾਰ ਉੱਠ ਬੈਠੇ ਸਵਾਲ ਕੀਤਾ ਹੈ ਡਾਕਟਰ ਸਾਹਿਬ ਦੇ ਨੌ ਵਾਰ ਉੱਠ ਉੱਠਦੇ ਕਿਉਂ ਰਹੇ ਨੇ ਨੌ ਵਾਰ ਉੱਠ ਬਾਂਧਦੇ ਕਿਉਂ ਰਹੇ ਨੇ ਕਸਮੇ ਕੁਰਾਨ ਦੀ ਜਿਸ ਵੇਲੇ ਉੱਠ ਉੱਠਦੇ ਆਏ ਨਾ ਕੁਰਾਨ ਦੀ ਛੋਟੀ ਆਇਤ ਜਾਣ ਪਾਉਂਦੀ ਹੈ ਹਾਏ ਪਤਾ ਨਹੀਂ ਤੂੰ ਕਿਹੜੇ ਖਿਆਲ 'ਚ ਬੈਠੇ ਨੇ ਹਾਏ ਤੇਰੇ ਵੱਸ ਦੀ ਇਹ ਰੋਣ ਮੁਕੱਦਰ ਦਾ ਤਾਰਫ ਕਰਾਵਾਂ ਇਸ ਆਇਤ ਦਾ ਇਸ ਆਇਤ ਦਾ ਤਾਰਫ ਇਹ ਹੋਏ ਜੋ ਇਸ ਕੁਰਾਨ ਦੀ ਛੋਟੀ ਆਇਤ ਨੂੰ ਬਾਬਿਲ ਸੀਨੇ ਤੋਂ ਬਗੈਰ ਨਹੀਂ ਕਰ ਨਹੀਂ ਆਉਂਦੀ ਅੱਜ ਬਸ ਗੁਜ਼ਾਰੋ ਤੁਰ ਪੇ ਮਾਮਲ ਅਦਬ ਵਾਸਤੇ ਮਾਮਲ ਪੜੇ ਜਾਂਦੇ ਨੇ ਆ ਕੀ ਮਤਲਬ ਗਾ ਸਾਰੀਆਂ ਬੇਦੀਆਂ ਮਾਮਲਾਂ ਤੋਂ ਇੰਝ ਜੜੀਆਂ ਨੇ ਜਿਵੇਂ ਗਾਜ਼ੀ ਜ਼ੀਨ ਤੋਂ ਜੜਿਆ ਆਦੀਆਂ ਰੁੱਝੇ ਹੱਥਾਂ ਦੇ ਨਾਲ ਨਾ ਇੰਝ ਪੱਥਰ ਹਟਾ ਕੇ ਕੱਪੀਆਂ ਰਕਾਂ ਦੇ ਰਾਹ ਦੀਆਂ ਨਜ਼ਰ ਆਈਆਂ ਨੇ ਕਸਮੇ ਕੁਰਾਨ ਦੀ ਦੁਨੀਆਂ ਦਾ ਦਸਤੂਰ ਹੈ ਜਿਸ ਵੇਲੇ ਕੋਈ ਜਵਾਨ ਮਰ ਜਾਏ ਨਾ ਰੋਡ 'ਤੇ ਐਕਸੀਡੈਂਟ ਹੋ ਜਾਏ ਉਸਦੀ ਡੈਡ ਬਾਡੀ ਘਰ ਆਵੇ ਤਾਂ ਬਜ਼ੁਰਗ ਆਉਂਦੇ ਨੇ ਜਿੱਥੇ ਸੱਟ ਲੱਗੀ ਸੀ ਨਾ ਚਿਹਰੇ 'ਤੇ ਇਹਦਾ ਚਿਹਰਾ ਛੁਪਾਓ ਅਤੇ ਬੇਣਾ ਵੇਖ ਕੇ ਮਰ ਨਾ ਜਾ ਆਪਣੀ ਕਿਸਮਤ ਆਲੀ ਦੀ ਜਿਸ ਵੇਲੇ ਪੱਥਰ ਹਟਾਏ ਨੇ ਤੇ ਰਾਹ ਦਾ ਚਿਹਰਾ ਨਹੀਂ ਕੱਪੀਆਂ ਰੰਗਾਂ ਨਜ਼ਰ ਆਈਆਂ ਪਹਿਲਾ ਸਵਾਲ ਕੀਤਾ ਬੈਣ ਵੀ ਪੁੱਛਦੀ ਆ ਨਾਨੇ ਦਾ ਚੋਲਾ ਕਿ ਨਹੀਂ ਗਈ ਦੂਸਰਾ ਸਵਾਲ ਕੀਤਾ ਨਬੀਆਂ ਦਾ ਵਿਰਸਾ ਕਮਰ ਬੰਦ ਕਿ ਨਹੀਂ ਗਈ ਤੀਸਰਾ ਸਵਾਲ ਕੀਤਾ ਹੈ ਅੰਗਲੀ ਕਿਨ ਗਈ ਆ ਜਵਾਬ ਨਹੀਂ ਮਿਲਿਆ ਚੰਦ ਲੰਮਿਆਂ ਤੋਂ ਬਾਅਦ ਕੱਪੀਆਂ ਰੰਗਾਂ ਦੇ ਵਿੱਚੋਂ ਆਵਾਜ਼ ਆਈ ਏ ਅੰਮਾ ਦੀ ਜਾਈ ਮੇਰੇ ਕੋਲੋਂ ਅੰਗਲੀ ਦਾ ਪੁੱਛੀ ਆ ਮੇਰੇ ਕੋਲ ਚੋਲੇ ਦਾ ਪੁੱਛੀ ਮੇਰੇ ਕੋਲੋਂ ਕਮਰ ਬੰਦ ਦਾ ਪੁੱਛੀ ਮੈਂ ਸਾਰੀਆਂ ਗੱਲਾਂ ਨਹੀਂ ਪੁੱਛਦਾ ਤਾਂ ਸਿੱਕਾ ਗੱਲ ਦਾ ਜਵਾਬ ਦੇ ਨਾ ਦਾ ਵਿਰਸਾ ਚਾਦਰ ਕਿਨ ਗਈ ਆ ਅੱਜ ਰੁਕਮਿਨੱਲਾ ਅੱਜ ਰੁਕਮਿਨੱਲਾ ਬਸ ਸਰਦਾਰੋ ਬਸ ਕੁਰਾਨ ਦੀਆਂ ਆਇਤਾਂ ਸਵਾਰ ਹੋਈਆਂ ਮਾਮਲ ਟੁਰ ਪਏ ਆਖਰੀ ਵਾਰ ਦਾਦਮੇ ਦੁਆ ਸੋਚੋ ਮੇਰੇ ਪਾਸੇ ਮਾਮਲ ਟੁਰ ਪਏ ਬਾਈ ਨਾਜ਼ਮ ਦੀ ਦੁਆ ਮੰਗੋ ਕਿਸੇ ਦੇ ਮਾਣ ਨਾ ਮੁੱਕ ਜਾਵੇ
جس ویلے من دریا کو قافلہ پہ گزرتا ہے نا, آلیہ دی اس بیرا دی لاش دید پہی ہے جس دے مان تے وطن چھڑیا آج رکھو من اللہ, جس دے آسرے دے کربلا دے وچ ڈیرے لائے, جس ویلے وفا دے پروردگار دی لاش نظر آئی ہے نا آلیہ وقت مان متوئی نے جڑیاں نے جویں غازی دین تو چھڑیا انج گجیاں ہتھاں دے نال نا وفا دے پروردگار دے نال اک گل کیتی ہے, اے گل تھوڑے تک پہنچ گئی سارا جی رون دے واسطے کافی ہے, رجیاں تاں دے نال آلیا رو کے فرمیندیاں نے آلی نر گئی آئی اسی اجڑ گیا کار نماز اندر مذہب جماعت سمجھا دے تے کتھے آر کے ڈیرے لائے نیا اوئے اسی اجڑ گئے اٹھی ویکھ تسی ہاتھ الٹے شمار بدارے اوئے اجڑ گئے اٹھ ویٹ تسی ہاتھ الٹے شمار بدائے نے, جس ویلے آلیہ نے گل کیتی ہے کپیاں رگاں دے وچ آواز آئی ہے گلے نہ دے تیرے بیرانیاں پابندیاں کھا گیاں, آلیہ فرمیندیاں نے گل میرے ساتھ چادر کوئی نہیں میں شام پی ویندیاں, جس ویلے شام دا نام آیا کربلا پروردگار دا نشا بلند ہویا ہے کپیاں رگاں دے وچ آواز آئی ہے گلے نہ دے ہن شام جانے تے آپت جانے, دس زداروں یہ گلاں پیاں ہوندیاں آئیاں جناب سکینہ پھوپھی دے دامن دے اولے ہتھاں دے رخساریاں دے ہاتھ رکھ کے وفا دے پروردگار دے نال اک گل کیتی ہے, چاچا جے آنکھیں تے اک درد دسنا چاہنی ہاں چاچے دی لاش دے قریب آئیاں نے ہاتھ رخساریا دے آباد پوچھ دین سکینہ ہاتھ رخساریا دے ہاتھ کیوں رکھے اس ویلے جناب سکینہ فرمیندیاں نے اے اکبر دا قاتل سامنے ہے میا وچ وہ سامنے دے مار دا ریا ہایو جا کے چادر او پھیا لیا دی وہ او پہنچے تائی ہسدا ریا